ਸਤਨਾਮ ਵਾਹਿਗੁਰੂ ਸਾਹਿਬ ਜੀ ਸਾਰੰ ਮਹਲਾ 4 ਜਪਮਨ ਮਾਦੋ ਮਦਸੂਦਨੋ ਹਰਿ ਸ਼ੀਰ ਰੰਗੋ ਪਰਮੇਸਰੋ ਸਤ ਪਰਮੇਸਰੋ ਪ੍ਰਭ ਅੰਤਰ ਜਾਮੀ अब दुखन को हंता सब सुखन को दाता हर प्रीतम गुण गावो जप मन मादो मदसुदनो हर श्रीरंगो परमेशरो सत परमेशरो प्रभु अंतर्जामी सब दुखन को हंता सब सुखन को दाता हर प्रीतम गुण गाओ रहाओ हर कट कटे कट बसता हर जल थले हर बसता हर थान थनंतर बसता मैं हर देखन को चाओ ਕੋਈ ਆਵੇ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਮੋਹਿ ਮਾਰਗ ਦਿਖਲਾਵੇ ਹਉ ਤਿਸ ਜਨ ਕੇ ਤਿਸ ਜਨ ਕੇ ਹਉ ਮਲ ਮਲ ਤੂੰ ਮਾ ਪਾਓ ਹਰ ਜਨ ਕੋ ਹਰ ਮਿਲਿਆ ਹਰ ਸਰਦਾ ਤੇ ਮਿਲਿਆ ਗੁਰਮੁਖ ਹਰ ਮਿਲਿਆ ਮੇਰੇ ਮਨ ਤਨ ਆਨੰਦ ਭਇ ਮੈਂ ਦੇਖਿਆ ਹਰਿ ਰਾਉ ਜਨ ਨਾਨਕ ਕਉ ਕਿਰਪਾ ਭਈ ਹਰ ਕੀ ਕਿਰਪਾ ਭਈ ਜਗਦੀਸ਼ਰ ਕਿਰਪਾ ਭਈ ਮੈਂ ਅਨ ਦਿਨੋ ਸਦ ਸਦ ਸਦਾ ਹਰ ਜਪਿਆ ਹਰ ਨਾਉ ਹਰ ਜਨ ਕੋ ਹਰ ਮਿਲਿਆ ਹਰ ਸਰਦਾ ਤੇ ਮਿਲਿਆ ਗੁਰਮੁਖ ਹਰ ਮਿਲਿਆ ਮੇਰੇ ਮਨ ਤਨ ਆਨੰਦ ਭਏ ਮੈਂ ਦੇਖਿਆ ਹਰ ਰਾਉ ਜਨ ਨਾਨਕ ਕਉ ਕਿਰਪਾ ਭਈ ਹਰ ਕੀ ਕਿਰਪਾ ਭਈ ਜਗਦੀਸ਼ਰ ਕਿਰਪਾ ਭਈ ਮੈਂ ਆਨ ਦਿਨੋਂ ਸਦ ਸਦ ਸਦਾ ਹਰ ਜਪਿਆ ਹਰ ਨਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਬਰ ਸ਼ਤਰ ਤਖਤ ਦੇ ਮਾਲਕ ਸਤਿਗੁਰੂ ਜੁਗੋ ਜੁਗ ਅਟਲ ਜਾਹਰਾ ਜਹੂਰ ਅਤਿ ਹਾਜ਼ਰਾ ਹਜ਼ੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਪਰਮ ਸਤਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਪਰੰਪਿਤ ਆਯੂ ਗੁਰੂ ਜੀ ਦੀ ਬਖਸ਼ਿਸ਼ ਸਦਕਾ ਅੰਮ੍ਰਿਤ ਵੇਲੇ ਸਤ ਗੁਰੂ ਜੀ ਦੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਗੁਰਬਾਣੀ ਦਾ ਕੀਰਤਨ ਗੁਰੂ ਕੇ ਕੀਰਤਨੀਏ ਬੜੇ ਪਿਆਰ ਨਾਲ ਆਪ ਜੀ ਨੂੰ ਸਰਵਣ ਕਰਾ ਰਹੇ ਸਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਵਿਚਾਰ ਹਰ ਰੋਜ਼ ਜੋ ਆਪ ਜੀ ਬੜੇ ਪਿਆਰ ਨਾਲ ਸਰਵਣ ਕਰਦੇ ਹੋ ਉਸ ਦੇ ਨਾਲ ਸੰਬੰਧਿਤ ਗੁਰੂ ਕੇ ਇਹ ਪਾਵਨ ਬਚਨ ਸਾਰੰਗ ਰਾਗ ਵਿੱਚੋਂ ਆਪ ਜੀ ਸਰਵਣ ਕਰ ਰਹੇ ਸੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਇਹ ਬੜੇ ਹੀ ਪਿਆਰ ਪਿੰਨੇ ਬੋਲ ਜਿਨ੍ਹਾਂ ਰਾਹੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੀ ਜ਼ਿੰਦਗੀ ਦਾ ਜੋ ਮਕਸਦ ਹੈ ਪ੍ਰਮਾਤਮਾ ਚ ਲਿਵਲਿਨ ਹੋਣਾ ਗੁਰੂ ਕੇ ਪਾਵਨ ਬਚਨ ਅਸੀਂ ਹਰ ਰੋਜ਼ ਚੇਤੇ ਕਰਦੇ ਆਂ ਕਿ ਭਈ ਪ੍ਰਾਪਤ ਮਾਨੁਖ ਦੇਹੁਰਿਆ गोविंद ਮਿਲਣ ਕੀ ਇਹ ਤੇਰੀ ਬਰੀਆ ਉਹ गोविंद ਨੂੰ ਮਿਲਣ ਦਾ ਤਰੀਕਾ ਕੀ ਹੈ गोविंद ਵਿੱਚ ਲਿਵਲਿਨ ਹੋਣ ਦੀ ਜੁਗਤ ਕੀ ਹੈ ਕਿਉਂਕਿ ਧਰਮ ਦੀ ਦੁਨੀਆ ਚ ਬਹੁਤ ਸਾਰੇ ਲੋਕੀ ਵੱਖ-ਵੱਖ ਤਰੀਕਿਆਂ ਦੇ ਰਾਹੀਂ ਉਸ ਪਰਮਾਤਮਾ ਨੂੰ ਪਾਉਣਾ ਚਾਹੁੰਦੇ ਨੇ ਕੋਈ ਸਰੀਰ ਨੂੰ ਕਸ਼ਟ ਦੇ ਕੇ ਕੋਈ ਤੀਰਥਾਂ ਦਾ ਇਸ਼ਨਾਨ ਕਰਕੇ ਕੋਈ ਦਾਨ ਪੁੰਨ ਕਰਕੇ ਕੋਈ ਪਾਠ ਪੂਜਾ ਕਰਕੇ ਹੋਰ ਅਨੇਕ ਤਰ੍ਹਾਂ ਦੇ ਸਾਧਨ ਪ੍ਰਚਲਿਤ ਨੇ ਪਰ ਗੁਰਮਤਿ ਨੇ ਜੋ ਸਾਧਨ ਦਿੱਤਾ ਹੈ ਉਹ ਹੈ ਕਿ ਪਰਮਾਤਮਾ ਦੇ ਗੁਣ ਗਾਓ ਪਰਮਾਤਮਾ ਦੀ ਕੀਰਤੀ ਕਰੋ ਸਾਡਾ ਮਨ ਸੰਸਾਰ ਵਾਲੇ ਬੰਨੇ ਬਹੁਤਾ ਭੱਜਦਾ ਹੈ ਮਨ ਦਾ ਇੱਕ ਸੁਭਾਵ ਹੈ ਕਿ ਇੰਨੀਵੇਂ ਬੰਨੇ ਬਹੁਤਾ ਜਾਂਦਾ ਹੈ ਔਗਣਾ ਵੱਲ ਬੜੀ ਜਲਦੀ ਭੱਜਦਾ ਹੈ ਉੱਚੇ ਬੰਨੇ ਜਾਣਾ ਔਖਾ ਹੈ ਜ਼ਿੰਦਗੀ 'ਚ ਤੁਸੀਂ ਕੋਈ ਵੀ ਉੱਚਾ ਕੰਮ ਕਰਨੈ ਮਹਾਨ ਬਣਨੈ ਉਹਦੇ ਲਈ ਬੜੀ ਕੱਲਣਾ ਕਰਨੀ ਪੈਂਦੀ ਹੈ ਮਿਹਨਤ ਕਰਨੀ ਪੈਂਦੀ ਹੈ ਤੁਸੀਂ ਡਾਕਟਰ ਬਣਨੈ ਬੜੀ ਮਿਹਨਤ ਕਰਨੀ ਪਏਗੀ ਤੁਸੀਂ ਕੋਈ ਇੰਜੀਨੀਅਰ ਬਣਨਾ ਹੈ ਤੁਸੀਂ ਕੋਈ ਜ਼ਿੰਦਗੀ ਚੰਗਾ बिजनेਸਮੈਨ ਬਣਨਾ ਹੈ ਕੁਝ ਵੀ ਬਣਨਾ ਹੈ ਜ਼ਿੰਦਗੀ ਚ ਮਹਾਨ ਤੇ ਉਦਰ ਲਈ ਕਾਹਲਣਾ ਕਰਨੀ ਪੈਗੀ ਤੁਸੀਂ ਕੁਝ ਨਹੀਂ ਬਣਨਾ ਤੇ ਕੁਝ ਨਾ ਕਰੋ ਤੇ ਹੈ ਹੀ ਆਪਾਂ ਇਹ ਤੇ ਹੈ ਕਿ ਜੇ ਤੁਸੀਂ ਚੰਗੇ ਡਾਕਟਰ ਬਣਨਾ ਹੈ ਵੱਡੇ ਵੱਡੇ ਮੈਡੀਕਲ ਕਾਲਜ ਨੇ ਅੰਜਿੰਦਰਨ ਕਾਲਜ ਨੇ ਹੋਰ ਇੰਸਟੀਚੂਟ ਨੇ ਯੂਨੀਵਰਸਿਟੀਆਂ ਨੇ ਕਿ ਮਨੁੱਖ ਜ਼ਿੰਦਗੀ ਚ ਉੱਚਾ ਉੱਠੇ ਪਰ ਕਿਤੇ ਮੂਰਖ ਬਣ ਲਈ ਤੇ ਕਾਲਜ ਨੀ ਕੋ ਬਣਿਆ ਹੋਇਆ ਉਹ ਤੇ ਹੈ ਹੀ ਆਪਾਂ ਮਨੁੱਖ ਦਾ ਮਨ ਨੀਵੇਂ ਬੰਨੇ ਬਹੁਤ ਜਲਦੀ ਜਾਂਦੇ ਨਿਵਾਣ ਨੂੰ ਉਤਰਨਾ ਬੜਾ ਸੌਖਾ ਹੈ ਪਹਾੜੀ ਲੱਕੇ ਚ ਕਿਤੇ ਜਾਈਏ ਨਾ ਨੀਵੇਂ ਪਾਸੇ ਜਾਣਾ ਤੇ ਗੱਡੀ ਦੀਆਂ ਬ੍ਰੇਕਾਂ ਖੁੱਲੀਆਂ ਛੱਡ ਦੋ ਆਪੇ ਭੱਜੀ ਚਲੀ ਜਾਏਗੀ ਜੇ ਤੁਸੀਂ ਪੈਦਲ ਵੀ ਜਾਂਦੇ ਆ ਆਪਣੇ ਆ ਵੀ ਰੜਦੇ ਚਲੇ ਜਾਓਗੇ ਪਰ ਜਦੋਂ ਚੜਾਈ ਚੜ੍ਹਨੀ ਹੈ ਨਾ ਉਦੋਂ ਜੋਰ ਲੱਗਦਾ ਉਦੋਂ ਹਿੰਮਤ ਕਰਨੀ ਪੈਂਦੀ ਹੈ ਜ਼ਿੰਦਗੀ 'ਚ ਤੁਸੀਂ ਉੱਚੇ ਉੱਠਣਾ ਜਾਂ ਸੁਖ ਪ੍ਰਾਪਤ ਕਰਨੇ ਮਹਾਨ ਬਣਨੇ ਉਹਦੇ ਲਈ ਕੰਮ ਕਰਨੀ ਪੈਣੀ ਹੈ। ਮਨ ਬਹਾਨੇ ਲੱਭਦੇ ਨੀਵੇਂ ਬੰਨੇ ਜਾਣ ਲਈ। ਮਨ ਨੂੰ ਚੰਗੇ ਬੰਨੇ ਲਾਉਣ ਦੀ ਲੋੜ ਹੈ। ਕੋਈ ਬੰਦਾ ਇਹ ਕਹੇ ਕਿ ਮੈਂ ਡਾਕਟਰ ਬਣਨਾ ਮੈਡੀਕਲ ਕਾਲ ਜਾਣ ਦੀ ਕੀ ਲੋੜ ਹੈ ਜੀ? ਇਦਾਂ ਹੀ ਡਾਕਟਰ ਬਣ ਜਾਗੇ। ਪਰ ਸਿਆਣੇ ਬਜ਼ੁਰਗ ਇਹ ਗੱਲ ਕਹਿਣਗੇ ਉੱਥੇ ਜਾਏਗਾ, ਮਿਹਨਤ ਕਰੇਗਾ ਤਾਂ ਹੀ ਬਣੇਗਾ। ਜ਼ਿੰਦਗੀ 'ਚ ਅਸੀਂ ਚੰਗੇ ਇਨਸਾਨ ਬਣਨੇ, ਜ਼ਿੰਦਗੀ 'ਚ ਅਸੀਂ ਪ੍ਰਮਾਤਮਾ ਦੇ ਪਿਆਰ 'ਚ ਲਿਬਲੀਨ ਹੋਣੇ। ਤੇ ਉਹਦੇ ਲਈ ਵੀ ਮਨੁੱਖ ਨੂੰ ਕੁਝ ਯਤਨ ਤੇ ਕਰਨਾ ਪਏਗਾ ਨਾ। ਕੁਖਾਲਣਾ ਤੇ ਕਰਨੀ ਪੈਗੀ। ਤੇ ਆਪਾਂ ਦੇਖਦੇ ਧਰਮ ਦੀ ਦੁਨੀਆ 'ਚ ਕਈ ਤਰ੍ਹਾਂ ਦੇ ਯਤਨ ਲੋਕ ਕਰ ਰਹੇ ਨੇ। ਕਲਣ ਬੜੀ ਕਰਦੇ ਨੇ। ਪਰ ਗੁਰਮਤ ਨੇ ਜੋ ਸਾਨੂੰ ਮਾਰਗਤ ਹੈ ਉਹ ਹੈ ਕਿ ਮਨ ਨੂੰ ਉੱਚੀਆਂ ਉਠਾਓ। ਮਨ ਨੂੰ ਉੱਚੇ ਠਾਉਣ ਦਾ ਤਰੀਕਾ ਇਹ ਹੈ ਕਿ ਮਨ ਨੂੰ ਪ੍ਰਮਾਤਮਾ ਦੇ ਗੁਣਾਂ ਨਾਲ ਜੋੜੋ। ਪਰਮਾਤਮਾ ਮਹਾਨ ਹੈ ਉਸ ਪਰਮਾਤਮਾ ਦੇ ਗੁਣ ਗਾਓ ਦੀ ਕੀਰਤੀ ਕਰੋ ਵਾਰ-ਵਾਰ ਮਨ ਨੂੰ ਪਰਮਾਤਮਾ ਦੇ ਗੁਣਾ ਵਾਲੇ ਪਾਸੇ ਲਗਾਓ ਜਿਉਂ-ਜਿਉਂ ਲਗਾਵਾਂਗੇ ਮਨ ਦੇ ਵਿੱਚ ਉਹ ਗੁਣ ਹੁੰਦੇ ਜਾਣਗੇ ਮਨ ਗੁਣਵਾਨ ਬਣਦਾ ਜਾਏਗਾ ਮਨ ਮਹਾਨ ਬਣਦਾ ਜਾਏਗਾ ਸਰੀਰ ਤੇ ਸਵਾ ਮਲੇ ਬੰਦੇ ਨੇ ਮਹਾਨ ਨਹੀਂ ਬਣਨਾ ਸਰੀਰ ਤੇ ਕੱਪੜੇ ਪਾ ਲਓ ਨਾ ਪਾ ਲਓ ਉਹਦੇ ਨਾਲ ਮਨੁੱਖ ਦੀ ਅਵਸਥਾ ਤੇ ਕੋਈ ਬਹੁਤਾ ਫਰਕ ਨਹੀਂ ਪੈਣਾ ਮਨੁੱਖ ਦੀ ਅਵਸਥਾ ਜਦੋਂ ਬਦਲਣੀ ਉਹ ਬਦਲਣੀ ਹੈ ਵਿਚਾਰ ਧਾਰਾ ਦੇ ਨਾਲ ਉਹ ਬਦਲਨੀ ਹੈ ਚੰਗੀ ਸੋਚ ਅਪਣਾਉਣ ਦੇ ਨਾਲ ਤੇ ਉਹ ਚੰਗੀ ਵਿਚਾਰ ਧਾਰ ਸਤ ਸੰਗਤ ਵਿੱਚੋਂ ਮਿਲਣੀ ਹੈ ਉਹ ਚੰਗੀ ਉੱਚੀ ਸੋਚ ਉੱਚੀ ਹਸਤੀ ਨਾਲ ਜੁੜੀਆਂ ਮਿਲਣੀ ਹੈ ਤੇ ਪ੍ਰਮਾਤਮਾ ਤੋਂ ਵੱਡਾ ਤੇ ਕੋਈ ਨਹੀਂ ਨਾ ਇਸ ਜਗਤ ਵਿੱਚ ਪ੍ਰਮਾਤਮਾ ਤੋਂ ਮਹਾਨ ਕੋਈ ਨਹੀਂ ਜਗਤ ਪ੍ਰਮਾਤਮਾ ਦੇ ਨਾਮ ਤੇ ਮਨੁੱਖ ਨੂੰ ਗਿਆਨ ਨਾ ਹੋਣ ਕਰਕੇ ਮਨੁੱਖ ਨੇ ਪ੍ਰਮਾਤਮਾ ਵੀ ਆਪਣੀ ਆਪਣੀ ਮਰਜ਼ੀ ਦੇ ਬਣਾ ਲੇ ਸਤਪੁਰਖਾਂ ਨੇ ਸਮੇ ਸਮੇਂ ਤੇ ਪ੍ਰਮਾਤਮਾ ਦੇ ਪਿਆਰ ਚ ਜੁੜ ਕੇ ਜੋ ਪ੍ਰਮਾਤਮਾ ਦੀ ਗੁਣ ਜੋ ਪ੍ਰਮਾਤਮਾ ਦੀਆਂ ਵਡਿਆਈਆਂ ਦੇਖੀਆਂ ਉਹਨਾਂ ਨਾਮਾਂ ਨਾਲ ਹੀ ਪ੍ਰਮਾਤਮਾ ਨੂੰ ਚੇਤੇ ਕਰ ਲਿਆ ਉਹਨਾਂ ਨੇ ਉਹੀ ਨਾਮ ਪ੍ਰਮਾਤਮਾ ਦਾ ਰਖ ਲਿਆ ਜੋ ਉਹਨਾਂ ਨੂੰ ਗੁਣ ਇੱਕ ਪ੍ਰਮਾਤਮਾ ਨਜ਼ਰ ਆ ਗਿਆ ਜਿਵੇਂ ਅਕਸਰ ਮੈਂ ਕਹਿੰਦਾ ਜਿਨ ਨੇ ਦੇਖਿਆ ਕਿ ਪ੍ਰਮਾਤਮਾ ਤੇ ਸਾਰੇ ਰਮੇ ਉਹ ਰਾਮ ਰਾਮ ਕਹਿਣਾ ਸ਼ੁਰੂ ਕਰਤਾ ਉਹਨਾਂ ਨੇ ਕਿਸੇ ਨੇ ਗੋਬਿੰਦ ਕਿਸੇ ਨੇ ਗੋਪਾਲ ਇਹ ਪ੍ਰਮਾਤਮਾ ਦੇ ਨਾਮ ਨੇ ਪਰ ਮਨੁੱਖੀ ਸਮਾਜ ਵੀ ਇੱਕ ਸੋਚ ਹੈ ਕਿ ਕਈ ਲੋਕਨ ਆਪਣੇ ਸਤਕਾਰਤਿ ਵਿਅਕਤੀ ਹੁੰਦੇ ਨੇ ਹਰ ਧਰਮ ਦੇ ਅੰਦਰ ਉਹਨਾਂ ਨੂੰ ਪ੍ਰਮਾਤਮਾ ਦੇ ਨਾਮ ਦੇ ਕੇ ਪ੍ਰਮਾਤਮਾ ਹੀ ਬਣਾਉਣਾ ਚਾਹੁੰਦੇ ਨੇ ਦੇਖੋ ਪ੍ਰਮਾਤਮਾ ਜਮਦਾ ਮਰਦਾ ਨਹੀਂ ਹੈ ਪ੍ਰਮਾਤਮਾ ਅਕਾਲ ਮੂਰਤ ਹੈ ਪ੍ਰਮਾਤਮਾ ਅਜੂਨੀ ਹੈ ਜਦੋਂ ਅਸੀਂ ਕਹਾਂਗੇ ਫਲਾਣੀ ਘਰ ਫਲਾਣਾ ਰੱਬ ਜਮਿਆ ਇਹਦਾ ਮਤਲਬ ਕਿ ਅਸੀਂ ਬਿਲਕੁਲ ਝੂਠ ਬੋਲ ਰਹੇ ਹਾਂ ਧਰਮ ਦੀ ਦੁਨੀਆ 'ਚ ਝੂਠ ਬਹੁਤ ਪ੍ਰਚਾਰਿਆ ਜਾਂਦਾ ਔਰ ਬੜੇ ਚਾਨਣ ਲੋਕ ਸੁਣਦੇ ਨੇ ਬੜੀ ਸ਼ਰਧਾ ਨਾਲ ਸੁਣਦੇ ਨੇ ਝੂਠ ਗੁਰਬਾਣੀ ਕਹਿੰਦੀ ਪ੍ਰਮਾਤਮਾ ਅਜੂਨੀ ਹੈ ਸੋ ਮੁਖ ਜਲੋ ਜਿਤ ਕਹੇ ਠਾਕੁਰ ਜੋਨੀ ਜਿਹੜਾ ਕਹਿੰਦਾ ਕਿ ਰੱਬ ਜਮਿਆ ਹੈ ਰੱਬ ਮਰ ਗਿਆ ਉਹ ਮੁਖ ਸੜ ਜਾਣਾ ਚਾਹੀਦਾ ਹੈ ਰੱਬ ਜਮਦਾ ਮਰਦਾ ਨਹੀਂ ਹੈ ਹਾਂ ਰੱਬ ਦੇ ਬਣਾਏ ਅਨੇਕਾਂ ਪੀਰ ਪੈਗੰਬਰ ਧਰਤੀ ਤੇ ਆਏ ਨੇ ਸਤਕਾਰਯੋਗ ਨੇ ਅਵਤਾਰ ਧਰਤੀ ਤੇ ਆਏ ਨੇ ਸਤਕਾਰਯੋਗ ਨੇ ਮਹਾਪੁਰਖ ਆਏ ਨੇ ਸਤਕਾਰਯੋਗ ਨੇ ਪਰ ਉਹ ਰੱਬ ਨਹੀਂ ਹੈ ਉਹ ਰੱਬ ਦੇ ਬਣਾਏ ਹੋਏ ਨੇ ਇਸ ਰੱਬ ਦੀ ਰਚਨਾ 'ਚ ਇੱਕ ਸ਼ਿਵ ਪਏ ਇੱਕ ਗਏ ਇੱਕ ਫਿਰ ਕਹੇ रामचंद्र कृष्ण ਕੇ અવਤਾਰ ਵੀ ਅਨੇਕ ਹਨ ਜਦੋਂ ਕੋਈ ਪ੍ਰਮਾਤਮਾ ਦੇ ਪਿਆਰ 'ਚ ਜੁੜਦਾ ਹੈ ਨਾ ਉਹ ਦੇਖਦਾ ਹੈ ਕਿ ਪ੍ਰਮਾਤਮਾ ਦੀ ਇਸ ਸ੍ਰਿਸ਼ਟੀ ਦੇ ਅੰਦਰ ਪਤਾ ਨਹੀਂ ਕਿੰਨੇ ਕ ਕਾਂ ਮਹੇਸ ਨੇ ਕਿਤੇ ਬ੍ਰਹਮੇ ਘੜਤ ਘੜੀਏ ਰੂਪ ਰੰਗ ਕੇ ਵੇਸ਼ ਕੀਤੇ ਕਰਮ ਭੂਮੀ ਮੇਰ ਕੇਤੇ ਕੇਤੇ ਧੂਪਦੇਸ਼ ਪਤਾ ਨਹੀਂ ਕਿੰਨੇ ਕੋ ਇੱਥੇ ਧਰੂ ਹੋਏ ਨੇ ਕਿੰਨੇ ਬ੍ਰਹਮਾ ਹੋਏ ਨੇ ਕਿੰਨੇ ਕ੍ਰਿਸ਼ਨ ਹੋਏ ਨੇ ਪਤਾ ਨਹੀਂ ਕਿੰਨੇ ਕੋਏ ਨੇ ਪਰ ਕਈ ਵੇਰੀ ਆਪਾਂ ਆਪਣੇ ਉਹਨਾਂ ਸਤਕਾਰ ਹਸਤੀਆਂ ਦੇ ਨਾਲ ਉਹ ਨਾਮ ਲਾ ਲਈ ਨੇ ਜੋ ਹੈ ਹੀ ਪ੍ਰਮਾਤਮਾ ਦੇ ਨੇ ਗੁਰਬਾਣੀ ਚ ਉਹ ਸਾਰੇ ਨਾਮਾਂ ਦੀ ਚਰਚਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਬੜੀ ਮਹਾਨ ਵਡਿਆਈ ਹੈ ਬੇਅੰਤ ਨੇ ਪਰ ਇੱਕ ਜਿਹੜੀ ਵੱਡੀ ਵਡਿਆਈ ਹੈ ਕਿ ਕਿਸੇ ਵੀ ਮਤ ਮਜਬਜਾ ਧਰਤੀ ਦੇ ਕਿਸੇ ਵੀ ਖਿੱਤੇ 'ਚ ਜਿਨੇ ਰੱਬ ਦੀ ਗੱਲ ਕੀਤੀ ਜਾਂ ਰੱਬ ਨੂੰ ਜਿਸ ਨਾਮ ਨਾਲ ਚੇਤੇ ਕੀਤਾ ਸਤਗੁਰੂ ਜੀ ਨੇ ਉਹ ਗੱਲ ਹਰ ਸਾਡੇ ਤੱਕ ਪਹੁੰਚਾਈ ਹਰ ਗੱਲ ਨੂੰ ਆਪਣਾ ਲਿਆ ਰੱਬੀ ਗੁਨਾ ਨੂੰ ਸਤਗੁਰ ਜੀ ਨੇ ਜੇ ਮੁਸਲਮਾਨ ਚ ਕੋ ਖੂਬੀ ਦਿਖੀ ਤੇ ਉਥੇ ਮੁਸਲਮਾਨ ਦੀ ਤਾਰੀਫ ਕੀਤੀ ਜੇ ਹਿੰਦੂ ਦੇ ਵਿੱਚ ਕੋਈ ਬ੍ਰਾਹਮਣ ਚ ਖੂਬੀ ਤੇ ਉਥੇ ਬ੍ਰਾਹਮਣ ਨੂੰ ਵੀ ਪੂਜਨੀ ਕਹਿ ਦਿੰਦਾ ਪਰ ਜੇ ਬ੍ਰਾਹਮਣ ਦੇ ਨਾਂ ਤੇ ਕੋ ਪਖੰਡ ਕਰਦਾ ਕੋ ਮਨੁੱਖੀ ਸਮਾਜ ਦੇ ਵਿੱਚ ਵਰਣ ਵਣ ਦੇ ਨਾਂ ਤੇ ਈਰਖਾ ਜਾਂ ਜਾਤ ਪਾਤ ਪ੍ਰਚਾਰਦਾ ਤੇ ਸਤਗੁਰ ਜੀ ਕਿੰਨੇ ਐਸੇ ਬ੍ਰਾਹਮਣ ਡੁੱਬੇ ਪਾਈ ਇਹੋ ਜਿਹੇ ਤੇ ਲੋਕ ਡੁੱਬੇ ਹੋਏ ਨੇ ਜੇ ਮੁਸਲਮਾਨ ਦੇ ਨਾਂ ਤੇ ਕੋਈ ਮਨੁੱਖੀ ਸਮਾਜ ਨਫ਼ਰਤ ਦੀ ਗੱਲ ਕਰਦਾ ਹੈ ਹੰਕਾਰ ਦੀ ਗੱਲ ਕਰਦਾ ਹੈ ਤੇ ਗੁਰਮਤਿ ਨੇ ਉਹਨੂੰ ਪ੍ਰਵਾਨ ਨਹੀਂ ਕੀਤਾ ਸੱਚ ਨੂੰ ਪ੍ਰਵਾਨ ਕੀਤਾ ਸਤਗੁਰੂ ਜੀ ਨੇ ਉਹ ਸਾਰੇ ਨਾਮ ਗੁਰੂ ਗ੍ਰੰਥ ਸਾਹਿਬ ਜੀ ਵਰਤੇ ਨੇ ਹੁਣ ਅਸੀਂ ਆਪਣੀ ਸੁਰਤ ਦੇ ਲੈਵਲ ਨੂੰ ਉੱਥੇ ਤੇ ਪਹੁੰਚਾ ਨਹੀਂ ਸਕੇ ਜਿੱਥੇ ਗੁਰੂ ਸਾਹਿਬ ਜੀ ਦੀ ਸੁਰਤ ਹੈ ਤੇ ਅਸੀਂ ਪਤਾ ਕੀ ਕਹਿਣਾ ਸ਼ੁਰੂ ਕਰਤਾ ਆ ਬਹੁਤ ਸਾਰੀਆਂ ਗੱਲਾਂ ਵਾਇਰਲ ਹੁੰਦੀਆਂ ਨੇ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਸਾਡੇ ਕਈ ਵੀਰ ਆ ਦੇਖੋ ਜੀ ਅਫਰਾਨੇ ਅਵਤਾਰ ਦੀ ਵਡਿਆਈ ਸਤਗੁਰੂ ਜੀ ਨੇ ਕਰਤੀ ਇਹ ਹੀ ਰੱਬ ਹੈ ਕਈ ਸ੍ਰੀ ਕ੍ਰਿਸ਼ਨ ਜੀ ਦੇ ਨਾਮ ਨਾਲ ਜੋੜ ਕੇ ਜੀ ਆ ਦੇਖੋ ਗੁਰੂ ਸਾਹਿਬ ਜੀ ਨੇ ਸ੍ਰੀ ਕ੍ਰਿਸ਼ਨ ਜੀ ਦੀ ਬੜੀ ਵਡਿਆਈ ਕੀਤੀ ਦੇਖੋ ਗੁਰਮਤ ਮਾੜਾ ਕਿਸੇ ਨੂੰ ਨਹੀਂ ਕਹਿੰਦੀ ਗੁਰਮਤ ਦੀ ਵਡਿਆਈ ਹੈ ਲੇਕਿਨ ਸਤਗੁਰੂ ਜੀ ਨੇ ਅਵਤਾਰਾਂ ਨੂੰ ਰੱਬ ਨਹੀਂ ਕਿਹਾ ਰੱਬ ਜਿਹੜਾ ਉਹ ਅਜੂਨੀ ਹੈ ਰੱਬ ਦੇ ਨਾਮ ਤੁਸੀਂ ਦੇਖੋ ਨਾ RAM ਬੰਦਿਆਂ ਦੇ ਨਾਮ ਆਮ ਰੱਖੇ ਹੋਏ ਨੇ ਸਾਡੇ ਆਲੇ ਦੋਲੇ ਕਈ ਨੇ ਜਿਨ੍ਹਾਂ ਦਾ ਨਾਮ RAM ਹੈ ਕਿਸੇ ਦਾ RAM ਚੰਦਰ ਹੋਏਗਾ ਕਿਸੇ ਦਾ RAM ਉਹ ਕੋ RAM ਚੰਦਰ ਥੜੋ ਬਣ ਜਾਣਗੇ ਨਾਮ ਕੋਈ ਵੀ ਰੱਖ ਸਕਦਾ ਹੈ ਕਈ ਕ੍ਰਿਸ਼ਨ ਨੇ ਸਾਡੇ ਆਲੇ ਦੁਆਲੇ ਕਈ ਭਗਵਾਨ ਸਿੰਘ ਜਾਂ ਭਗਵਾਨ ਦਾਸ ਨਾਮ ਰੱਖੀਵੇ ਉਹ ਕੋ ਭਗਵਾਨ ਥੋੜੋ ਬਣ ਜਾਣੇ ਨੇ ਕਈ ਗੋਬਿੰਦ ਸਿੰਘ ਨਾਮ ਰੱਖੀ ਉਹ ਗੁਰ ਗੋਬਿੰਦ ਸਿੰਘ ਥੋੜੋ ਬਣ ਜਾਣੇ ਨੇ ਨਾਮ ਰੱਖਣ ਦਾ ਕੀ ਹੋ ਜਾਏਗਾ ਉਹ ਕੁਆਲਿਟੀ ਜਾਂ ਉਹ ਪੱਧਰ ਵੀ ਤੇ ਹੋਣਾ ਚਾਹੀਦਾ ਇਹਨਾਂ ਨੂੰ ਪਰਮਾਤਮਾ ਜਿਹੜਾ ਉਹਦੇ ਨਾਮ ਰੱਖ ਕੇ ਕਹਿਣਾ ਜੀ ਆ ਦੇਖੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੀ ਫੁਲਾਣੇ ਅਵਤਾਰ ਦੀ ਵਡਿਆਈ ਹੈ ਗੁਰਮਤ ਨੇ ਮਾੜਾ ਕਿਸੇ ਨੂੰ ਨਹੀਂ ਕਿਹਾ ਪਰ ਗੁਰਮਤ ਨੇ ਵਡਿਆਈ ਸਿਰਫ ਪਰਮਾਤਮਾ ਦੀ ਤੇ ਪਰਮਾਤਮਾ ਦੇ ਨਾਮ ਜਪਣ ਵਾਲਿਆਂ ਦੀ ਕੀਤੀ ਹੈ ਅੱਜ ਦਾ ਜੋ ਮੁਖਵਕ ਹੈ ਤੁਹਾਨੂੰ ਗੁਰੂ ਰਾਮਦਾਸ ਜੀ ਮਹਾਰਾਜ ਤੇ ਪਤ ਸਾਹਿਬ ਜੀ ਦਾ ਇਹ ਜੋ ਬਚਨ ਗੁਰੂ ਸਾਹਿਬ ਜੀ ਦੇ ਚੱਲ ਰਹੇ ਨੇ ਬੜੇ ਪਿਆਰ ਭਿੰਨੇ ਬਯੰਤ ਨਾਮ ਇਹਨਾਂ ਸ਼ਬਦਾਂ ਦੇ ਅੰਦਰ ਉਸ ਪ੍ਰਮਾਤਮਾ ਦੇ ਸਤਗੁਰੂ ਜੀ ਨੇ ਜ਼ਿਕਰ ਕੀਤੇ ਨੇ ਔਰ ਇਹ ਪੜਤਾਲ ਪੜਤਾਲ ਬੜੀਆਂ ਲੰਮੀਆਂ ਪੰਕਤੀਆਂ ਨੇ ਸਤਗੁਰੂ ਜੀ ਦੀ ਇਹ ਵਡਿਆਈ ਹੈ ਮੈਂ ਪਰਸੋਂ ਵੀ ਇੱਕ ਬੇਨਤੀ ਕੀਤੀ ਸੀ ਕਿ ਆਪਾਂ ਕਦੀ ਬੈਠ ਕੇ ਸੋਚਿਆ ਕਰੀਏ ਕਿ ਗੁਰੂ ਰਾਮਦਾਸ ਜੀ ਮਹਾਰਾਜ ਜਦੋਂ ਭਾਈ ਜੈਥੇ ਦੇ ਰੂਪ ਸੰ ਛੋਟੀ ਜੀ ਉਮਰ ਜਦੋਂ ਮਾਤਾ ਪਿਤਾ ਚਲਾਣਾ ਕਰਗੇ ਸਤਕੂ ਸਾਲ ਦੀ ਕਹਿੰਦੇ ਇਤਿਹਾਸ ਕਰ ਜਦੋਂ ਉਜਤਿਮ ਹੋ ਗਏ ਤੇ ਬਜ਼ੁਰਗ ਨਾਨੀ ਮਾਂ ਉਹਨਾਂ ਨੂੰ ਆਪਣੇ ਕੋਲ ਵਾਸਰ ਕੇ ਲੈ ਆਈ ਖੁੰਗਣੀਆਂ ਵੇਚ ਦੇਸਨ ਗੋਇੰਦਵਾਲ ਗੁਰੂ ਕੀ ਸੰਗਤ ਮਿਲ ਗਈ ਗੁਰੂ ਅਮਰਦਾਸ ਜੀ ਦੇ ਜੀ ਚ ਆ ਕੇ ਹੁਣ ਗੁਰੂ ਰਾਮਦਾਸ ਜੀ ਨੇ ਕਿੱਥੇ ਬੈਠ ਕੇ ਇਹ ਵਿਦਿਆ ਪ੍ਰਾਪਤ ਕੀਤੀ ਹੈ 30 ਰਾਗਾਂ ਚ ਬਾਣੀ ਹੈ ਔਰ ਬਾਣੀ ਇਨੀ ਵਿਖਮ ਹੈ ਨਵੀਂ ਤੋਂ ਨਵੇਂ ਸ਼ਬਦਾਵਲੀ ਸਤਗੁਰੂ ਜੀ ਨੇ ਵਰਤੀ ਹੈ ਕਿੰਨੇ ਪਿਆਰੇ ਮੁਖਵਾਕ ਨੇ ਆ ਜੋ ਅੱਜ ਆਪ ਜੀ ਸ਼ਬਦ ਸਰਵਣ ਕਰੇ ਸੀ ਜਿਹਦੇ ਨਾਲ ਹੀ ਸਤਗੁਰੂ ਜੀ ਨੇ ਪ੍ਰਮਾਤਮਾ ਦੇ ਪਿਆਰ ਵਿੱਚ ਜੁੜਨ ਦੀ ਗੱਲ ਕਰਦਿਆਂ ਹੋਇਆਂ ਪ੍ਰਮਾਤਮਾ ਦੇ ਪਿਆਰ ਚ ਜੁੜਨਾ ਕਿਵੇਂ ਜੁਗਤ ਕੀ ਹੈ ਸਤਗੁਰੂ ਜੀ ਨੇ ਉਹ ਮਾਰਗ ਦਰਸਾਇਆ ਆਓ ਆਪਾਂ ਮਿਲ ਕੇ ਗੁਰੂ ਕੇ ਇਨ੍ਹਾਂ ਪਾਵਨ ਅਮੋਲ ਬਚਨਾਂ ਦੀ ਵਿਚਾਰ ਸਾਂਝੀ ਕਰੀਏ ਸਤਗੁਰੂ ਜੀ ਦੇ ਪਿਆਰ ਚ ਜੁੜਦੇ ਆਂ ਮਨ ਬਿਰਤੀਆਂ ਨੂੰ ਟਿਕਾਉਂਦੇ ਆਂ ਸਾਰੇ ਹੀ ਉਚਾਰਨ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਰੰਗ ਮਹਲਾ 4 ਜਪਮਨ ਨਮਾਦੁ ਮਦੁ ਸੂਦਨੋ ਹਰਿ ਸਰੀਰੰਗੋ ਪਰਮੇਸਰੋ ਸਤ ਪਰਮੇਸਰੋ ਪ੍ਰਭ ਅੰਤਰਜਾਮੀ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਹ ਪਵਿੱਤਰ ਬਚਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1201 ਤੇ ਅੰਕਤ ਨੇ ਸਾਰੰਗ ਰਾਗ ਵਿੱਚ ਸਬਾਇਮਾਨ ਨੇ ਦੋ ਪਦੀਆਂ ਦਾ ਇਹ ਸ਼ਬਦ ਹੈ ਪੜਤਾਲ ਇਹ ਛੰਦ ਦਾ ਨਾਮ ਹੈ ਹਬ ਜੀ ਕਹਿੰਦੇ ਜਪ ਮੰਨ ਆਪਣੇ ਮਨ ਨੂੰ ਸਮਝਾਉਣੀ ਆ ਕਿਉਂਕਿ ਗੁਰਬਾਣੀ ਸਤਗੁਰੂ ਜੀ ਨੇ ਸਾਡੇ ਪੜਨ ਦੇ ਲਈ ਉਚਾਰਨ ਕੀਤੀ ਹੈ ਜਦੋਂ ਅਸੀਂ ਪੜਾਂਗੇ ਅਸੀਂ ਵੀ ਆਪਣੇ ਮਨ ਨਾਲ ਗੱਲ ਕਰਾਂਗੇ ਕਿ ਜਪ ਮੰਨ ਉਹ ਮਨਾ ਪ੍ਰਮਾਤਮਾ ਦਾ ਸਿਮਨ ਕਰ ਸਤਗੁਰੂ ਜੀ ਨੇ ਸਮਝਾਇਆ ਆਪਣੇ ਮਨ ਨੂੰ ਗੱਲ ਆਪਣੇ ਮਨ ਨਾਲ ਕੀਤੀ ਸਮਝਾਇਆ ਸਾਨੂੰ ਸਾਰਿਆਂ ਨੂੰ ਉਪਦੇਸ਼ ਸਾਨੂੰ ਸਾਰਿਆਂ ਨੂੰ ਕਿ ਇਹ ਮਨ ਜਪ ਕਿੰਨੂੰ ਜਪਣਾ ਮਦੋ ਮਾਧਵ ਦਾ ਅਰਥ ਹੈ ਜੋ ਮਾਇਆ ਦਾ ਮਾਲਕ ਹੈ ਮਾਇਆ ਦਾ ਪਤੀ ਮਾਧਵ ਲਵਜ ਹੈ ਭਗਤਾਂ ਨੇ ਆਪਣੀ ਪਾਵਨ ਬਾਣੀ ਅੰਦਰ ਬਾਬਾ ਰਵਿਦਾਸ ਸਾਹਿਬ ਜੀ ਨੇ ਬਾਬਾ ਨਾਮਦੇਵ ਸਾਹਿਬ ਜੀ ਨੇ ਇਹ ਸ਼ਬਦ ਵਾਰ-ਵਾਰ ਵਰਤਿਆ ਮਾਧਵ ਮਾਧੋ ਕਿਆ ਕਹੀਏ ਭ੍ਰਮ ਐਸਾ ਮਾਧੋ ਦਾ ਅਰਥ ਹੁੰਦਾ ਜਿਹੜਾ ਮਾਇਆ ਦਾ ਪਤੀ ਹੋਵੇ ਹੁਣ ਮਾਇਆ ਦਾ ਪਤੀ ਤੇ ਪਰਮਾਤਮਾ ਹੀ ਹੈ ਮਾਇਆ ਦਾ ਮਾਲਕ ਤੇ ਪਰਮਾਤਮਾ ਹੀ ਹੈ ਮਾਧੋ ਮਦਸੂਦਨੋ ਮਦ ਦੇ ਕਈ ਅਰਥ ਨੇ ਗੁਰਬਾਣੀ ਵਿੱਚ ਵੀ ਹੈ ਔਰ ਕੋਸ਼ ਕਰਤਾ ਨੇ ਵੀ ਲਿਖੇ ਨੇ ਮਦ ਅਰਥ ਅੰਮ੍ਰਿਤ ਵੀ ਹੈ ਮਦ ਅਰਥ ਜ਼ਹਿਰ ਵੀ ਹੈ ਮਦ ਦੇ ਹੋਰ ਬਹੁਤ ਸਾਰੇ ਅਰਥ ਨੇ ਮਦ ਸੂਦਨ ਅਰਥ ਹੁੰਦਾ ਹੈ ਜਿਹੜਾ ਸਾਡੇ ਅੰਦਰੋਂ ਸਾਡੀਆਂ ਬੁਰਾਈਆਂ ਦੇ ਉੱਪਰ ਕਾਬੂ ਪਾਉਣ ਵਾਲਾ ਹੋਵੇ ਸਾਡੀਆਂ ਬੁਰੀਆਂ ਭਾਵਨਾਵਾਂ ਦੇ ਉੱਪਰ ਕਾਬੂ ਪਾਉਣ ਵਾਲਾ ਹੋਵੇ ਮਦਸੂਦ ਨੇ ਕੋਰ ਵੀ ਅਰਥ ਕੀਤਾ ਜਾਂਦਾ ਇੱਕ ਮધુ దੈਂਤ ਹੋਏ ਮધુ దੈਂਤ ਨੂੰ ਮਾਰਨ ਕਰਕੇ ਵਿਸ਼ਨੂੰ ਜੀ ਨੂੰ ਵੀ ਸ਼ਰਧਾਲੂ ਮਦਸੂਦਨ ਕਹਿੰਦੇ ਨੇ ਵਿਸ਼ਨੂੰ ਅਵਤਾਰ ਜਿਹੜੇ ਪ੍ਰਾਣਿਕ ਮਤ ਅਨੁਸਾਰ ਮੰਨੇ ਜਾਂਦੇ ਉਹਨੂੰ ਵੀ ਮਦਸੂਦਨ ਕਹਿੰਦੇ ਨੇ ਪਰ ਇਹਦੇ ਇੱਥੇ ਮਦ ਦਾ ਮਦਸੂਦਨ ਅਰਥ ਪਰਮਾਤਮਾ ਮਦ ਦਾ ਅਰਥ ਹੈ ਅੰਮ੍ਰਿਤ ਮਾਨਜੋਗ ਭਾਈ ਵੀਰ ਸਿੰਘ ਜੀ ਨੇ ਅਰਥ ਕੀਤੇ ਨੇ ਜਿਹੜਾ ਅੰਮ੍ਰਿਤ ਨੂੰ ਪਿਆਰ ਕਰਨ ਵਾਲਾ ਮਦਸੂਦਨ ਅੰਮ੍ਰਿਤ ਨੂੰ ਪਿਆਰ ਕਰਨ ਵਾਲਾ ਮਦਸੂਦਨ ਜਿਹੜਾ ਸਾਡੇ ਮਨ ਵਿੱਚੋਂ ਵਿਕਾਰਾਂ ਦੇ ਉੱਪਰ ਕਾਬੂ ਪਾਉਣ ਵਾਲਾ ਹੈ ਇਹਨਾਂ ਤੇ ਜਿੱਤ ਪ੍ਰਾਪਤ ਕਰਨ ਦੀ ਜੋ ਸਾਨੂੰ ਸ਼ਕਤੀ ਦਿੰਦਾ ਹੈ ਇਹ ਵਿਕਾਰ ਵੀ ਤੇ ਦੈਂਤ ਨੇ ਇਸ ਕਰਕੇ ਸਹਿਬ ਜੀ ਕਹਿੰਦੇ ਉਹ ਪ੍ਰਮਾਤਮਾ ਜਿਹੜਾ ਮਧੋ ਹੈ ਮਾਇਆ ਦਾ ਮਾਲਕ ਹੈ ਉਹ ਪ੍ਰਮਾਤਮਾ ਜਿਹੜਾ ਮਦਸੂਦਨ ਹੈ ਜਿਹੜਾ ਸਾਡੇ ਮਨ ਵਿੱਚ ਇਹ ਦੈਂਤ ਸ਼ਕਤੀਆਂ ਨੇ ਜਿਹੜੀਆਂ ਰਾਖਸ਼ ਗੁਣ ਨੇ ਜਿਹੜੇ ਔਗਣ ਨੇ ਉਹਨਾਂ ਦੇ ਉੱਪਰ ਕਾਬੂ ਪਾਉਣ ਦੀ ਜੋ ਸਾਨੂੰ ਸਮਰੱਥਾ ਦਿੰਦਾ ਜਿਹਦੇ ਨਾਮ ਨਾਲ ਜੁੜ ਕੇ ਇਹਨਾਂ ਔਗਣਾਂ ਤੇ ਅਸੀਂ ਕਾਬੂ ਪਾ ਸਕਦੇ ਹਾਂ ਹਰ ਹਰ ਅਰਥ ਹਰੀ ਹਰ ਥਾਂ ਤੇ ਜੋ ਵਸਿਆ ਹੋਇਆ ਹੈ ਹਰ ਹਿਰਦੇ ਜੋ ਵਸਿਆ ਹੋਇਆ ਹੈ ਜਿਹਦੇ ਕਰਕੇ ਅਸੀਂ ਹਰੇ ਭਰੇ ਆ ਜੋ ਹਰ ਕਿਸੇ ਨੂੰ ਰਿਜਕ ਦੇਣ ਵਾਲਾ ਹਰ ਪਰਮਾਤਮਾ ਸ਼੍ਰੀ ਰੰਗੋ ਸ਼੍ਰੀ ਰੰਗੋ ਦਾ ਅਰਥ ਵੀ ਜਿਹੜਾ ਮਾਇਆ ਦਾ ਮਾਲਕ ਹੈ ਲక్ష్ਮੀ ਦਾ ਪਤੀ ਕਹੇ ਲੋ ਵਿਸ਼ਨੂੰ ਜੀ ਨੂੰ ਵੀ ਲੋਕੀਂ ਲక్ష్ਮੀ ਦਾ ਪਤੀ ਕਹਿੰਦੇ ਉਹਨਾਂ ਦੀ ਘਰ ਵਾਲੀ ਦਾ ਨਾਂ ਲక్ష్ਮੀ ਸੀ ਉਹਨ ਇਥੇ ਬਹੁਤ ਲక్ష్ਮੀ ਆਉਣੀਆਂ ਸਾਡੇ ਆਲੇ ਦੁਆਲੇ ਉਹੋ ਨਾਲ ਲక్ష్ਮੀਆਂ ਦੇ ਘਰ ਵਾਲੇ ਨੂੰ ਆਪਾਂ ਸ਼੍ਰੀ ਰੰਗੋ ਥੋੜੋ ਕਹਾਂਗੇ ਸ਼੍ਰੀ ਰੰਗੋ ਦਾ ਅਰਥ ਹੈ ਜਿਹੜਾ ਮਾਇਆ ਦਾ ਮਾਲਕ ਹੈ ਮਾਇਆ ਦਾ ਪਤੀ ਹੈ ਪਰਮੇਸ਼ਰੋ ਪਰਮ ਈਸ਼ਵਰ ਈਸ਼ੁਰ ਮੈਨਾਂ ਮਾਲਕ ਪਰ ਮੈਨਾਂ ਸਭ ਤੋਂ ਵੱਡਾ ਮਾਲਕ ਹੈ ਜਿਹੜਾ ਸਭ ਤੋਂ ਮਾਨ ਹੈ ਜਿਹੜਾ ਸਤ ਪਰਮੇਸ਼ਰੋ ਪ੍ਰਭ ਅੰਤਰਜਾਮੀ ਤੁਨ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਮਨਾ ਉਸ ਪ੍ਰਮਾਤਮਾ ਨੂੰ ਜਪ ਜੋ ਮਾਇਆ ਦਾ ਮਾਲਕ ਹੈ ਜੋ ਸਾਡੇ ਮਨ ਵਿੱਚੋਂ ਵਿਕਾਰਾਂ ਤੇ ਕਾਬੂ ਪਾਉਣ ਦੀ ਸਾਨੂੰ ਸਮਰੱਥਾ ਦਿੰਦਾ ਹੈ ਜੋ ਪ੍ਰਮਾਤਮਾ ਸਾਰਿਆਂ ਤੋਂ ਮਹਾਨ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ ਜੋ ਸਾਰੇ ਥਾਮਾਂ ਤੇ ਰਮਿਆ ਹੋਇਆ ਹੈ ਜੋ ਪ੍ਰਮਾਤਮਾ ਅੰਤਰਜਾਮੀ ਹੈ ਉਹਨੂੰ ਜਪਿਆ ਕਰ ਉਹਦੇ ਪਿਆਰ 'ਚ ਜੁੜਿਆ ਕਰ ਉਹਦਾ ਸਿਮਰਨ ਕਰਿਆ ਕਰ ਸਭ ਦੁੱਖਨ ਕੋ ਹੰਤਾ ਸਭ ਸੁਖਨ ਕੋ ਦਾਤਾ ਹਰ ਪੀਤਮ ਗੁਣ ਗਾਉ ਉਹ ਮਨਾ ਉਹ ਪਰਮਾਤਮ ਜਿਹੜਾ ਸਾਰੇ ਦੁੱਖਾਂ ਨੂੰ ਦੂਰ ਕਰਨ ਵਾਲਾ ਹੰਤਾ ਦਾ ਅਰਥ ਹੁੰਦਾ ਮਾਰਨ ਵਾਲਾ ਕੱਟਣ ਵਾਲਾ ਉਹ ਪਰਮਾਤਮ ਜਿਹੜਾ ਸਾਰੇ ਦੁੱਖਾਂ ਨੂੰ ਦੂਰ ਕਰਨ ਵਾਲਾ ਹੈ ਪਰਮਾਤਮ ਦਾ ਇੱਕ ਨਾਮ ਗੁਰਬਾਣੀ ਚ ਵੀ ਤੇ ਰੱਬੀ ਪਿਆਰਿਆਂ ਨੇ ਬਿਆਨ ਕੀਤਾ ਦੁੱਖ ਭੰਜਨ ਗੁਰਬਾਣੀ ਕਹਿੰਦੀ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ اے ਵਾਹਿਗੁਰੂ ਜੀਓ ਤੁਹਾਡਾ ਨਾਮ ਦੁੱਖਾਂ ਨੂੰ ਕੱਟਣ ਵਾਲਾ ਹੈ ਦੁੱਖਾਂ ਨੂੰ ਤੋੜਨ ਵਾਲਾ ਸਤਿਗੁਰੂ ਗੁਰੂ ਰਾਮਦਾਸ ਜੀ ਕਹਿੰਦੇ ਉਹ ਮਨਾ ਉਸ ਪ੍ਰਮਾਤਮਾ ਨੂੰ ਚੇਤੇ ਕਰ ਪ੍ਰਮਾਤਮਾ ਦੀ ਇਹ ਵਿੜਾਈ ਕੇ ਸਭ ਦੁੱਖ ਨ ਕੋ ਹੰਤਾ ਸਾਰੇ ਦੁੱਖਾਂ ਨੂੰ ਉਹ ਖਤਮ ਕਰਨ ਵਾਲਾ ਹੈ ਪ੍ਰਮਾਤਮਾ ਉਹਨੂੰ ਚੇਤੇ ਕਰ ਗੁਰਬਾਣੀ ਕਹਿੰਦੀ ਦੁੱਖ ਤੇ ਆਏ ਸਾਡੀ ਜ਼ਿੰਦਗੀ ਚ ਤਾਂ ਜਦੋਂ ਅਸੀਂ ਪ੍ਰਮਾਤਮਾ ਨੂੰ ਭੁਲਾ ਦਿੱਤਾ ਦੁੱਖ ਰੱਬ ਨੇ ਸਾਨੂੰ ਨਹੀਂ ਦਿੱਤੇ ਰੱਬ ਕਿਸੇ ਨੂੰ ਦੁਖੀ ਨਹੀਂ ਕਰਨਾ ਚਾਹੁੰਦਾ ਇਹ ਦੁੱਖ ਕਿੱਥੋਂ ਰੱਬ ਦੇ ਘਰ 'ਚ ਤੇ ਸੁਖ ਹੀ ਸੁਖ ਹੈ ਰੱਬ ਤੇ ਸੁੱਖਾਂ ਦਾ ਸਰੂਪ ਹੈ ਸੁੱਖਾਂ ਦਾ ਸਮੁੰਦਰ ਹੈ ਆਨੰਦ ਦਾ ਦਾਤਾ ਹੈ ਆਨੰਦ ਦਾ ਘਰ ਹੈ ਉਹਦੇ ਘਰ 'ਚ ਤਾਂ ਗੁਰਬਾਣੀ ਕਹਿੰਦੀ ਤੇਰੇ ਘਰ ਆਨੰਦ ਵਧਾਈ ਤੁਧ ਘਰ ਹੁਣ ਉਹਦੇ ਘਰ 'ਚ ਆਨੰਦ ਹੈ ਤੇ ਸਾਨੂੰ ਕੋਈ ਦੁੱਖ ਦੇਵੇਗਾ ਉਹ ਕਹਿੰਦੇ ਨਾ ਜਿਹਦੇ ਘਰ 'ਚ ਜੋ ਹੋਇਓ ਈ ਉਹਨੇ ਦੇਣਾ ਉਹਦੇ ਘਰ 'ਚ ਤੇ ਦੁੱਖ ਹੈ ਹੀ ਨਹੀਂ ਉਹ ਦੁੱਖ ਨਹੀਂ ਦਿੰਦਾ ਸਵਾਲ ਹੈ ਫਿਰ ਸਾਡੀ ਜ਼ਿੰਦਗੀ 'ਚ ਜੋ ਦੁੱਖ ਆਏ ਕਿੱਥੋਂ ਸਤਗੁਰੂ ਜੀ ਕਿੰਨੇ ਸਾਡੀ ਜ਼ਿੰਦਗੀ 'ਚ ਦੁੱਖਾਂ ਦੇ ਆਉਣ ਦਾ ਕਾਰਨ ਹੈ ਕਿ ਦੁੱਖ ਤਾਂ ਦੇ ਜਾਂ ਵਿਸਰ ਜਾਵੇ ਦੁੱਖ ਹੋਦੋਂ ਨਹੀਂ ਜਦੋਂ ਅਸੀਂ ਪਰਮਾਤਮਾ ਨੂੰ ਭੁਲਾਈ ਦਿੰਨੇ ਹਾਂ ਦੁੱਖ ਹੋਦੋਂ ਨਹੀਂ ਜਦੋਂ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਬੇਮੁਖ ਹੋਏ RAM ਤੇ ਲੱਗਨ ਜਨਮ ਵਿਜੋਗ ਜਦੋਂ ਅਸੀਂ ਪਰਮਾਤਮਾ ਨੂੰ ਭੁੱਲੀ ਜਾਂਦੇ ਹਾਂ ਦੁੱਖ ਹੋਦੋਂ ਨਹੀਂ ਪਰਮਾਤਮਾ ਨੂੰ ਭੁੱਲਣ ਦਾ ਅਰਥ ਕੀ ਹੈ ਪਰਮਾਤਮਾ ਨੂੰ ਚੇਤੇ ਕਰਨ ਦਾ ਅਰਥ ਇਹ ਨਹੀਂ ਕਿ ਮੈਂ ਵਾਹਿਗੁਰੂ ਵਾਹਿਗੁਰੂ ਕਰਦਾ ਤੇ ਚੇਤੇ ਕਰ ਰਿਹਾ ਇਹ ਪਹਿਲਾ ਪੜਾ ਹੈ ਜਰੂਰੀ ਹੈ ਪਰ ਪਰਮਾਤਮਾ ਨੂੰ ਚੇਤੇ ਕਰਨ ਦਾ ਅਰਥ ਹੈ ਕਿ ਮੈਂ ਉਸ ਪਰਮਾਤਮਾ ਦੇ ਪਿਆਰ ਚ ਅਦਬ ਚ ਰਹਿੰਦੇ ਆ ਜਿੰਦਗੀ ਚ ਇਮਾਨਦਾਰ ਬਣਾ ਜਦੋਂ ਮੈਂ ਇਮਾਨਦਾਰ ਨਹੀਂ ਆ ਭਾਵੇਂ ਮੱਖ ਤੋਂ ਵਾਹਿਗੁਰੂ ਵਾਹਿਗੁਰੂ ਕਰਦਾ ਮੈਂ ਰੱਬ ਨੂੰ ਭੁਲਾ ਦਿੱਤਾ ਪਰਮਾਤਮਾ ਨੂੰ ਚੇਤੇ ਕਰਨ ਦਾ ਅਰਥ ਹੈ ਕਿ ਮੈਂ ਸੱਚ ਬੋਲਣਾ ਸੱਚ ਦਾ ਸਾਥ ਦੇਣਾ ਸਚਾਈ ਦੇ ਨਾਲ ਖੜਾ ਅਰ ਜਿਵੇਂ ਝੂਠ ਦਾ ਸਾਥ ਦੇ ਰਿਆਂ ਝੂਠ ਬੋਲਦੇ ਨੇ ਭਾਵੇਂ ਮੂੰਹ ਤੋਂ ਵਾਹਿਗੁਰੂ ਆਇਗੁਰੂ ਕਰੀ ਜਾਵੇ ਮੈਂ ਪਰਮਾਤਮਾ ਨਾਲੋਂ ਟੁੱਟ ਗਿਆ ਮੈਂ ਪਰਮਾਤਮਾ ਨੂੰ ਭੁਲਾ ਦਿੱਤਾ ਕਿਉਂਕਿ ਅੰਦਰ ਤੇ ਮੇਰੇ ਬੇਈਮਾਨੀ ਹੈ ਪਰਮਾਤਮਾ ਨੂੰ ਚੇਤੇ ਕਰਨ ਦਾ ਅਰਥ ਹੈ ਕਿ ਮੈਂ ਪਰਉਪਕਾਰ ਕਰਾਂ ਤੇ ਜੇ ਮੈਂ ਜ਼ਿੰਦਗੀ 'ਚ ਲੋਕਾਂ ਤੇ ਜ਼ੁਲਮ ਕਰਦਾ ਹਾਂ ਲੋਕਾਂ ਦੇ ਨਾਲ ਧੱਕਾ ਕਰਦਾ ਹਾਂ ਉਹਾਂ ਕਹਿੰਦੇ ਮੈਂ ਬੜੀ ਬਾਣੀ ਪੜ੍ਹਦਾ ਮੈਂ ਤੇ ਪਰਮਾਤਮਾ ਨਾਲੋਂ ਟੁੱਟਿਆ ਹੋਇਆ ਹਾਂ ਜ਼ਰੂਰੀ ਨਹੀਂ ਹੈ ਕਿ ਧਰਮ ਸਥਾਨਾਂ ਤੋਂ ਦੂਰ ਰਹਿਣ ਵਾਲੇ ਜਿਹੜੇ ਲੋਕ ਨੇ ਉਹ ਰੱਬ ਤੋਂ ਦੂਰ ਨਹੀਂ ਕਈ ਰੱਬ ਦੇ ਨੇੜੇ ਬਹੁਤ ਹੁੰਦੇ ਨੇ ਉਹ ਬਾਹਰ ਰਹਿ ਕੇ ਵੀ ਰੱਬ ਦੇ ਨੇੜੇ ਨੇ ਬਹੁਤ ਸਾਰੇ ਲੋਕ ਤੇ ਇਹ ਵੀ ਜ਼ਰੂਰੀ ਨਹੀਂ ਕਿ ਧਰਮ ਸਥਾਨਾਂ ਤੇ ਸਾਰੇ ਧਾਰਮਿਕ ਲੋਕ ਹੀ ਬੈਠੇ ਨੇ ਜਿਉਂ ਸਾਰੇ ਰੱਬ ਨੂੰ ਹੀ ਚੇਤੇ ਕਰਦੇ ਨੇ ਹੁਣ ਧਰਮ ਸਥਾਨਾਂ ਤੇ ਮਾਇਆ ਮਾਇਆ ਕਰਨ ਵਾਲੇ ਮੇਰੇ ਵਰਗੇ ਬੜੇ ਬੈਠੇ ਨੇ ਇੱਕ ਦਿਨ ਇੱਕ ਮੁਸਲਮਾਨ ਵੀਰ ਦੀ ਬੜੀ ਸੁਣੀ ਗੱਲ ਵਾਇਰਲ ਹੋਈ ਅਜਮੇਰ ਸ਼ਰੀਫ ਦੀ ਉਹ ਗੱਲ ਕਰ ਰਿਹਾ ਹੈ ਕਹਿੰਦਾ ਕਿ ਅਜਮੇਰ ਸ਼ਰੀਫ ਨੂੰ ਗਰੀਬ ਨਵਾਜ਼ ਕਹਿੰਦੇ ਨੇ ਮੁਸਲਮਾਨ ਵੀਰ ਉਹਨਾਂ ਦੀ ਸ਼ਰਧਾ ਭਾਵਨਾ ਗਰੀਬ ਨਵਾਜ਼ ਤੇ ਉਹ ਕਾਜੀ ਸਾਹਿਬ ਬੜੀ ਸੋਹਣੀ ਗੱਲ ਕਹਿ ਰਹੇ ਸਨ ਸਿਆਣੇ ਸਨ ਵਿਦਵਾਨ ਸਨ ਕਹਿੰਦੇ ਕਹਿੰਦੇ ਗਰੀਬ ਨਵਾਜ਼ ਆ ਪਰ ਇੱਥੇ ਆਓ ਨਾ ਤੁਸੀਂ ਬਾਹਰੋਂ ਲਾਈਨ ਲੱਗੀ ਆ ਉਹ ਦਰਗਾਹ ਤੱਕ ਜਿੰਨੇ ਲੋਕ ਬਾਹਰ ਬੈਠੇ ਕਿ ਤੁਸੀਂ ਗਰੀਬ ਨਵਾਜ਼ ਦੇ ਕੋਲ ਆਏ ਹੋ ਤੇ ਮੰਗਦੇ ਲੋਕਾਂ ਕੋਲੋਂ ਨਹੀਂ ਨਾ ਗਰੀਬ ਨਵਾਜ਼ ਦੀ ਦਰਗਾਹ ਤੇ ਬੈਠ ਕੇ ਮੰਗਦੇ ਲੋਕਾਂ ਕੋਲੋਂ ਨਹੀਂ ਉਹਨਾਂ ਨੂੰ ਗਰੀਬ ਨਵਾਜ਼ ਦਾ ਪਤਾ ਹੀ ਨਹੀਂ ਇਰਖਨ ਅੰਦਰ ਚਲੇ ਜਾਓ ਅੰਦਰ ਜਿਹੜੇ ਪੁਜਾਰੀ ਬੈਠੇ ਨੇ ਜਾਂ ਉੱਥੇ ਸੇਵਾਦਾਰ ਬੈਠੇ ਨੇ ਉਹ ਵੀ ਜਿਹੜੇ ਨੇ ਉਹ ਗਰੀਬਨਵਾਜ਼ ਦੇ ਕੋਲ ਰਹਿ ਕੇ ਵੀ ਉਹਨਾਂ ਦਾ ਧਿਆਨ ਲੋਕਾਂ ਦੀਆਂ ਜੇਬਾਂ ਖਾਲੀ ਕਰਨ ਦੀ ਹੁੰਦਾ ਹੈ ਜਿਹੜਾ ਬਹੁਤੇ ਪੈਸੇ ਦੇ ਉਹਦੀ ਪਹਿਲਾਂ ਦੁਆ ਕਰ ਦੇਵਾਂਗੇ ਜਿਹੜਾ ਜ਼ਿਆਦਾ ਦੇਵੇ ਉਹਦੀ ਇੱਧਰ ਦੀ ਦੁਆ ਕਰਾਂਗੇ ਉਹਨਾਂ ਨੂੰ ਵੀ ਗਰੀਬਨਵਾਜ਼ ਦਾ ਪਤਾ ਨਹੀਂ ਹੋਵੇ ਲੋਕਾਂ ਨੂੰ ਹੀ ਲੋਕਾਂ ਦੀਆਂ ਜੇਬਾਂ ਖਾਲੀ ਕਰਨਾ ਚਾਹੁੰਦੇ ਨੇ ਧਰਮ ਸਥਾਨਾਂ ਤੇ ਜ਼ਰੂਰੀ ਨਹੀਂ ਕਿ ਧਾਰਮਿਕ ਲੋਕ ਰਹਿੰਦੇ ਨੇ ਧਰਮਸਥਾਨਾਂ ਤੇ ਜ਼ਰੂਰੀ ਨਹੀਂ ਹੈ ਕਿ ਉਹ ਸਾਰੇ ਰੱਬ ਨੂੰ ਯਾਦ ਕਰਨ ਵਾਲੇ ਬੈਠੇ ਨੇ ਬਹੁਤ ਨੇ ਲੇਕਿਨ ਜ਼ਰੂਰੀ ਨਹੀਂ ਕਿ ਸਾਰੇ ਹੋਣ ਰੱਬ ਨੂੰ ਚੇਤੇ ਕਰਨ ਦਾ ਅਰਥ ਹੈ ਕਿ ਤੁਸੀਂ ਈਮਾਨਦਾਰ ਹੋ ਜਾਓ ਤੁਸੀਂ ਵਾਹਿਗੁਰੂ ਜੀ ਤੇ ਭਰੋਸਾ ਰੱਖੋ ਤੁਹਾਡੇ ਅੰਦਰ ਪ੍ਰਮਾਤਮਾ ਦੇ ਗੁਣ ਜਿਹੜੇ ਜ਼ਿੰਦਗੀ ਅੰਦਰ ਵਸ ਜਾਣ ਇਸ ਕਰਕੇ ਸਤਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਹ ਪ੍ਰਮਾਤਮਾ ਸਾਰੇ ਦੁੱਖਾਂ ਨੂੰ ਕਟਣ ਵਾਲਾ ਦੁੱਖ ਭੰਜਨ ਹੈ ਤੇ ਸਤਗੁਰ ਜੀ ਕਹਿੰਦੇ ਉਸ ਪ੍ਰਮਾਤਮਾ ਨੂੰ ਚੇਤੇ ਕਰੋਗੇ ਸਾਰੇ ਦੁੱਖ ਦੂਰ ਹੋ ਜਾਣਗੇ ਉਹਨੂੰ ਜਦੋਂ ਭੁਲਾ ਦਿਓਗੇ ਫਿਰ ਦੁੱਖ ਆਪਣੇ ਆਪ ਹੀ ਜਾਣਗੇ ਹੁਣ ਧਰਮ ਸਥਾਨਾਂ ਤੇ ਬੈਠੇ ਲੋਕਾਂ ਦੀ ਜ਼ਿੰਦਗੀ 'ਚ ਵੀ ਤੇ ਦੁੱਖ ਹੁੰਦੇ ਨੇ ਉਹਦਾ ਕਾਰਨ ਕੀ ਹੈ ਪਰੇਸ਼ਾਨ ਕਿਉਂ ਨੇ ਮੇਰੇ ਵਰਗੇ ਦੇ ਮੱਥੇ ਤੇ ਟਿਊੜੀਆਂ ਪਈਆਂ ਹੁੰਦੀਆਂ ਨੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠੇ ਆ ਕਾਰਨ ਕੀ ਹੈ ਕਿ ਅੰਦਰ ਪਰਮਾਤਮਾ ਨਹੀਂ ਹੈ ਅੰਦਰ ਤਾਂ ਹੰਕਾਰ ਹੈ ਅੰਦਰ ਤੇ ਗੁੱਸਾ ਬੈਠਾ ਹੋਇਆ ਹੈ ਅੰਦਰ ਤੇ ਆਪਣੀ ਚੰਗੇ ਸਿਆਣੇ ਹੋਣ ਦਾ ਮਾਣ ਬੈਠਾ ਹੋਇਆ ਰੁਤਬੇ ਦਾ ਹੰਕਾਰ ਬੈਠਾ ਹੋਇਆ ਹੈ ਉਥੇ ਪ੍ਰਮਾਤਮਾ ਨਹੀਂ ਹੈ ਪ੍ਰਮਾਤਮਾ ਦੇ ਕੋਲ ਰਹਿੰਦੇ ਆ ਵੀ ਪ੍ਰਮਾਤਮਾ ਤੋਂ ਦੂਰ ਦੁੱਖ ਹੈ ਹੀ ਤਾਂ ਨੇ ਜਦੋਂ ਅਸੀਂ ਪ੍ਰਮਾਤਮਾ ਨੂੰ ਭੁਲਾ ਦਿੱਤਾ ਪ੍ਰਮਾਤਮਾ ਸਭ ਦੁੱਖਨ ਕੋ ਹੰਤਾ ਜਿੱਥੇ ਪ੍ਰਮਾਤਮਾ ਦਾ ਪਿਆਰ ਆ ਜਾਏ ਗੁਰਬਾਣੀ ਕਹਿੰਦੀ ਜੈ ਹਰ ਸਿਮਰਨ ਪਿਆ ਤੈ ਉਪਾਤ ਗਤ ਕੀਨੀ ਜਿੱਥੇ ਪ੍ਰਮਾਤਮਾ ਦੀ ਯਾਦ ਆ ਗਈ ਉਥੇ ਦੁੱਖ ਦਿਲਦਰ ਆਪਣੇ ਆਪ ਭੱਜ ਜਾਂਦੇ ਨੇ ਜਿਵੇਂ ਸੂਰ ਚੜੇ ਹਨੇਰਾ ਭੱਜ ਜਾਂਦਾ ਹੈ ਜਿਵੇਂ ਪਰਮਾਤਮਾ ਦਾ ਪਿਆਰ ਆਜੇ ਦੁੱਖ ਰਹੀਂਦਾ ਹੀ ਨਹੀਂ ਮਨੁੱਖ ਆਨੰਦ ਚ ਰਹਿੰਦਾ ਹੈ ਬਾਹਰ ਦੇ ਹਾਲਾਤ ਜਿੱਦਾਂ ਦੇ ਮਰਜ਼ੀ ਬਣਦੇ ਰਹਿਣ ਲੇਕਿਨ ਉਹ ਮਨੁੱਖ ਆਨੰਦ ਨੂੰ ਮੰਨਦਾ ਹੈ ਸਾਬ ਕਹਿੰਦੇ ਮਨਾ ਉਹ ਪਰਮਾਤਮਾ ਸਭ ਦੁੱਖਨ ਕੋ ਹੰਤਾ ਸਭ ਸੁਖਨ ਕੋ ਦਾਤਾ ਜਿਹੜਾ ਸਾਰੇ ਸੁਖ ਦੇਣ ਵਾਲਾ ਹੈ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਸਭ ਸੁਖ ਦਾਤਾ RAM ਹੈ ਦੂਸਰ ਨਾਹਿਨ ਕੋਈ ਸਾਰੇ ਸੁਖ ਦੇਣ ਵਾਲਾ ਪਰਮਾਤਮਾ ਹੀ ਹੈ ਵਾਹਿਗੁਰੂ ਯਾ ਹੋਰ ਕੋਈ ਨਹੀਂ ਹੈ ਉਹ ਪ੍ਰਮਾਤਮਾ ਜਿਹੜਾ ਸਾਰੇ ਸੁੱਖ ਦੇਣ ਵਾਲਾ ਹੈ ਸਾਰੇ ਦੁੱਖਾਂ ਨੂੰ ਕੱਟਣ ਵਾਲਾ ਹੈ ਹਰ ਪ੍ਰੀਤਮ ਗੁਣ ਗਾਓ ਉਹ ਪ੍ਰਮਾਤਮਾ ਜਿਹੜਾ ਬੜਾ ਪਿਆਰਾ ਹੈ ਉਹ ਜਿਹੜਾ ਪ੍ਰਮਾਤਮਾ ਸਾਰੇ ਥਾਵਾਂ ਤੇ ਹੈ ਉਹ ਮੈਨਾਂ ਉਸ ਪ੍ਰਮਾਤਮਾ ਦੇ ਗੁਣ ਗਾਇਆ ਕਰਾਂ ਉਸ ਪ੍ਰਮਾਤਮਾ ਦੀ ਕੀਰਤੀ ਕਰਿਆ ਕਰ ਹੁਣ ਸਤਗੁਰੂ ਜੀ ਨੇ ਜੇ ਮਦਸੂਦਨ ਕਿਹਾ ਤੇ ਨਾਲ ਹੋਰ ਬੇਅੰਤ ਗੁਣ ਦੱਸੇ ਨੇ ਪ੍ਰਮਾਤਮਾ ਦੇ ਜੇ ਉਹਨੂੰ ਸ਼ੀਰ ਰੰਗੋ ਕਿਹਾ ਮਾਦੋ ਕਿਹਾ ਤੇ ਹੋਰ ਬੇਅੰਤ ਗੁਣ ਪ੍ਰਮਾਤਮਾ ਦੇ ਦੱਸੇ ਨੇ ਕੇਵਲ ਮਾਦੋ ਕਹਿਣ ਦੇ ਨਾਲ ਹੀ ਕੋ ਰੱਬ ਨਹੀਂ ਬਣ ਜਾਏਗਾ ਹੋਰ ਬੇਅੰਤ ਗੁਣ ਨੇ ਪ੍ਰਮਾਤਮਾ ਦੇ ਤੇ ਸਾਰਗੁਜੀ ਫਿਰ ਕਹਿੰਦੇ ਨੇ ਰਹਾਉ ਹਰ ਘਟ ਘਟੇ ਬਸਤਾ ਹਰ ਘਟ ਘਟੇ ਘਟ ਬਸਤਾ ਹਰ ਜਲ ਥਲੇ ਹਰ ਬਸਤਾ ਹਰ ਥਾਨ ਥਨੰਤਰ ਬਸਤਾ ਮੈਂ ਹਰ ਦੇਖਣ ਕੋ ਚਾਉ ਉਹ ਜਿਹੜਾ ਪ੍ਰਮਾਤਮਾ ਮਦਸੂਦ ਨੂੰ ਹੈ ਮਾਦੋ ਹੈ ਸ੍ਰੀ ਰੰਗੂ ਹੈ ਪਰਮੇਸ਼ਰੂ ਹੈ ਉਹ ਕੌਣ ਹੈ ਉਹਦੀਆਂ ਵਡਿਆਈਆਂ ਕੀ ਨੇ ਉਦੋਂ ਇੱਕ ਮਹਾਨ ਵਿਡਿਆਈ ਹੈ ਕਿ ਉਹ ਅੰਤਰਜਾਮੀ ਹੈ ਉਹਨੂੰ ਕਹਿਣ ਦੀ ਲੋੜ ਨਹੀਂ ਉਹਨੂੰ ਪਤਾ ਹੈ ਸਾਨੂੰ ਕੀ ਚਾਹੀਦਾ ਹੈ ਸਾਨੂੰ ਜ਼ਿੰਦਗੀ ਦੇ ਅੰਦਰ ਕਿਵੇਂ ਸਾਨੂੰ ਕਦੋਂ ਕੀ ਚਾਹੀਦਾ ਹੈ ਉਹ ਪ੍ਰਮਾਤਮਾ ਨੂੰ ਪਤਾ ਹੈ ਇਹ ਗੱਲ ਵੱਖਰੀ ਹੈ ਦੇਖੋ ਅਸੀਂ ਪ੍ਰਮਾਤਮਾ ਦੇ ਕੋਲੋਂ ਮੰਗਦੇ ਆ ਮੰਗਣ ਚ ਹਰਜ ਕੋਈ ਨਹੀਂ ਰੱਬ ਕੋਲੋਂ ਹੀ ਮੰਗਣਾ ਹੈ ਪਰ ਜੋ ਸਾਨੂੰ ਚਾਹੀਦਾ ਹੈ ਰੱਬ ਨੂੰ ਪਤਾ ਹੈ ਉਹ ਬਿਨਾਂ ਮੰਗਣ ਤੋਂ ਹੀ ਸਡੀਆਂ ਗੱਲਾਂ ਨੂੰ ਜਾਣਦਾ ਹੈ ਅਸੀਂ ਉਹ ਨੂੰ ਭੁੱਲ ਜਾਈਏ ਭੁਲਾ ਦਈਏ ਇਹ ਗੱਲ ਵੱਖਰੀ ਹੈ ਲੇਕਿਨ ਪ੍ਰਮਾਤਮਾ ਕਦੀ ਕਿਸੇ ਜੀਵ ਨੂੰ ਭੁਲਾਉਂਦਾ ਨਹੀਂ ਹੈ ਗੁਰਬਾਣੀ ਤੇ ਕਹਿੰਦੀ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੀਠ ਚਲਾਈਂਦਾ ਸਾਰੀ ਦੁਨੀਆ ਦਾ ਹਰ ਜੀਵ ਪ੍ਰਮਾਤਮਾ ਦੇ ਚਿਤ ਵਿੱਚ ਹੈ ਪ੍ਰਮਾਤਮਾ ਨੂੰ ਉਹਨਾਂ ਦਾ ਚਿੱਤ ਹੈ ਔਰ ਸਾਰਿਆਂ ਤੇ ਉਹ ਨਜ਼ਰ ਰੱਖ ਰਿਹਾ ਹੈ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਪ੍ਰਮਾਤਮਾ ਦੇ ਗੁਣ ਗਾਓ ਕਿਉਂਕਿ ਪ੍ਰਮਾਤਮਾ ਸਾਰੇ ਦੁੱਖਾਂ ਨੂੰ ਕਟਣ ਵਾਲਾ ਪ੍ਰਮਾਤਮਾ ਸਾਰੇ ਸੁੱਖ ਦੇਣ ਵਾਲਾ ਉਹ ਪ੍ਰਮਾਤਮਾ ਜਿਹੜਾ ਹਰ ਘਟ ਘਟੇ ਘਟ ਬਸਤਾ ਹਰ ਹਿਰਦੇ ਚ ਹਰ ਥਾਂ ਤੇ ਹਰ ਥਾਂ ਤੇ ਵਸਦਾ ਸਤਿਗੁਰੂ ਜੀ ਕਹਿੰਦੇ ਹਰ ਜਲ ਥਲੇ ਬਸਤਾ ਉਹ ਜਲ ਵਿੱਚ ਵੀ ਹੈ ਉਹ ਥਲ ਵਿੱਚ ਵੀ ਹੈ ਸਾਰੇ ਥਾਂਾਂ ਤੇ ਉਹ ਵਸਦਾ ਹੈ ਹਰ ਥਾਨ ਥਨੰਤਰ ਬਸਤਾ ਉਹ ਸਾਰੇ ਥਾਂਾਂ ਤੇ ਹੈ ਥਾਂਾਂ ਦੇ ਅੰਦਰ ਵੀ ਵਸਦਾ ਹੈ ਹਰ ਦੇਖਣ ਕੋ ਚਾਹੋ ਮੈਂ ਹਰ ਦੇਖਣ ਕੋ ਚਾਹੋ ਸਤਿਗੁਰੂ ਗੁਰੂ ਰਾਮਦਾਸ ਜੀ ਕਹਿੰਦੇ ਉਸ ਪਰਮਾਤਮਾ ਨੂੰ ਦੇਖਣ ਦਾ ਮੇਰੇ ਮਨ ਚ ਚਾਹੋ ਹੈ ਭਾਈ ਜੇ ਤੂੰ ਵੀ ਉਸ ਪਰਮਾਤਮਾ ਨੂੰ ਦੇਖਣਾ ਚਾਹੁੰਦਾ ਹੈ ਉਹਦੇ ਗੁਣ ਗਾਇਆ ਕਰ ਉਹਦੀ ਕੀਰਤੀ ਕਰਿਆ ਕਰ ਉਹਦੀ ਵਡਿਆਈ ਕਰਿਆ ਕਰ ਤੇ ਗੁਰੂ ਰਾਮਦਾਸ ਜੀ ਕਹਿੰਦੇ ਨੇ ਮੈਨੂੰ ਉਸ ਪਰਮਾਤਮਾ ਦੇ ਮਿਲਣ ਦਾ ਚਾਹ ਹੈ ਪਰਮਾਤਮਾ ਨੂੰ ਮਿਲਣ ਦਾ ਤਰੀਕਾ ਕੀ ਹੈ ਕੋਈ ਆਵੇ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਮੋਹਿ ਮਾਰਗ ਦਿਖਲਾਵੇ ਸਤਗੁਰੂ ਜੀ ਕਿੰਨੇ ਕੋਈ ਆਵੇ ਰੱਬ ਦਾ ਪਿਆਰਾ ਸੰਤ ਜਨ ਕੋ ਹਰੀ ਦਾ ਸੰਤ ਹੋਵੇ ਸਤਗੁਰੂ ਜੀ ਨੇ ਕਿ ਹਰ ਜਨ ਕਾ ਸੰਤੋ ਕੋ ਵਾਹਿਗੁਰੂ ਜੀ ਦਾ ਜਨ ਹੋਏ ਵਾਹਿਗੁਰੂ ਜੀ ਦਾ ਭਗਤ ਹੋਏ ਕਿਉਂਕਿ ਸੰਤ ਲਬਜ ਬਹੁਤ ਪ੍ਰਚਲਿਤ ਹੈ ਧਰਮ ਦੀ ਦੁਨੀਆ ਚ ਬੜਾ ਸਤਕਾਰਤ ਹੈ ਜਿੰਨਾ ਇਹ ਮਹਾਨ ਪਵਿੱਤਰ ਲਬਜ ਹੈ ਉਹ ਨਹੀਂ ਲੋਕਾਂ ਦੀਆਂ ਨਜ਼ਰਾਂ ਤੋਂ ਡਿੱਗਦਾ ਵੀ ਜਾ ਰਿਹਾ ਹੈ ਇਹਦੀ ਵੈਲਿਊ ਮਾਂ ਲਬਜ ਬੜਾ ਪਵਿੱਤਰ ਹੈ ਪਰ ਜਦੋਂ ਅਸੀਂ ਮਾਂ ਦਾ ਨਾਮ ਲੈ ਕੇ ਕਿਸੇ ਨੂੰ ਬੁਰਾ ਕਹੀਏ ਗਾਲਾਂ ਕਢੀਏ ਉਦੋਂ ਅਸੀਂ ਇਸ ਲਬਜ ਨੂੰ ਨੀਵਿਆਂ ਕਰਦੇ ਹਾਂ ਸੰਤ ਲਬਜ ਬਹੁਤ ਪਵਿੱਤਰ ਹੈ ਸੰਤ ਦੀ ਬਹੁਤ ਵਡਿਆਈ ਗੁਰਬਾਣੀ ਚ ਕੀਤੀ ਹੈ ਸੰਤ ਜਿਹੜਾ ਪ੍ਰਮਾਤਮਾ ਚ ਅਪੇਧ ਹੋ ਗਿਆ ਉਹਦੀ ਸਤਗੁਰੂ ਜੀ ਨੇ ਚਰਚਾ ਕੀਤੀ ਹੈ ਪਰ ਕਿਉਂਕਿ ਸੰਤ ਨਵਜ ਨੂੰ ਲੋਕੀ ਬੜਾ ਸਤਕਾਰ ਦਿੰਦੇ ਨੇ ਪੂਜਦੇ ਨੇ ਬਹੁਤ ਸਾਰੇ ਮੇਰੇ ਵਰਗੇ ਵੀ ਚਿੱਟੇ ਕੱਪੜੇ ਪਾ ਕੇ ਭਗਵੇਂ ਕੱਪੜੇ ਕਾਰ ਕੇ ਆਪਣੇ ਆਪ ਨੂੰ ਸੰਤ ਖਵਾਈ ਚਲੇ ਜਾਂਦੇ ਨੇ ਪਰ ਅੰਦਰੋਂ ਸੰਤ ਨਹੀਂ ਹੈ। ਬਿਰਤੀ ਚ ਸੱਚ ਨਹੀਂ ਵਸਿਆ। ਉਹ ਜਦੋਂ ਕੰਮ ਮਾੜੇ ਕਰਦੇ ਨੇ ਤੇ ਲੋਕੀ ਕਹਿੰਦੇ ਫਲਾਣਾ ਸੰਤ ਨਾਲ ਮਾੜੀ ਜੀ ਗਾਲ ਵੀ ਕੱਢ ਦਿੰਦੇ ਨੇ ਬੁਰੀਆਂ ਗੱਲਾਂ ਕਰਦੇ ਕਹਿੰਦੇ ਤੇ ਠੱਗ ਹੁੰਦੇ ਨੇ ਔਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਹ ਗੱਲ ਕਹਿਣੀ ਪਈ। ਗਲੀ ਜਿਨਾਂ ਜਪ ਮਾਲੀਆਂ ਲੋਟੇ ਹੱਥ ਨ ਭਗ ਹਰ ਕੇ ਸੰਤਨ ਆਖੀਏ ਬਨਾਰਸ ਕੇ ਠੱਗ ਇਹਨਾਂ ਠੱਗਾਂ ਤੋਂ ਬਚ ਕੇ ਰਹੋ ਇਹ ਸੰਤ ਨਹੀਂ ਹੈ ਸੰਤ ਜਿਹੜਾ ਨਾ ਰੱਬ ਦਾ ਸੰਤ ਉਹ ਪਰਉਪਕਾਰੀ ਹੁੰਦਾ ਹੈ ਸੰਤ ਜਿਹੜਾ ਲੋਕਾਂ ਦੇ ਕੋਲੋਂ ਮੰਗਦਾ ਨਹੀਂ ਉਹ ਲੋਕਾਂ ਨੂੰ ਖੁਸ਼ ਦਿੰਦਾ ਹੈ ਸੰਤ ਲੋਕਾਂ ਨੂੰ ਗੁਮਰਾਹ ਨਹੀਂ ਕਰਦਾ ਲੋਕਾਂ ਦੇ ਭਰਮ ਘਟਦਾ ਹੈ ਲੋਕਾਂ ਨੂੰ ਗਿਆਨ ਦਿੰਦਾ ਹੈ ਲੋਕਾਂ ਦੀ ਸਮਾਜ ਦੇ ਦੁੱਖਾਂ ਨੂੰ ਦੂਰ ਕਰਨ ਲਈ ਯਤਨਸ਼ੀਲ ਰਹਿੰਦੇ ਇਸ ਕਰਕੇ ਸਤਗੁਰੂ ਜੀ ਨੇ ਗੁਰਬਾਣੀ ਚ ਹਰ ਕੇ ਸੰਤ ਦੀ ਗੱਲ ਕੀਤੀ ਹੈ ਹਰ ਕੇ ਸੰਤਨਾ ਕੀਏ ਇਹ ਭੇਖੀਆਂ ਨੂੰ ਹਰੀ ਦੇ ਸੰਤਨਾ ਸਮਝ ਲੈਣਾ ਗੁਰੂ ਰਾਮਦਾਸ ਜੀ ਕਿਨੇ ਕੋ ਹਰ ਕਾ ਜਨ ਸੰਤ ਆ ਜਾਏ ਮੇਰਾ ਪ੍ਰੀਤਮ ਜਨ ਸੰਤ ਕੋਈ ਮੇਰੇ ਪਿਆਰੇ ਪ੍ਰਮਾਤਮਾ ਦਾ ਸੰਤ ਆਏ ਵਾਹਿਗੁਰੂ ਜੀ ਦਾ ਸੰਤ ਪਿਆਰਾ ਸੰਤ ਆਏ ਮੋਏ ਮਾਰਗ ਦਿਖਲਾਵੇ ਇੱਕ ਹੈ ਨਾਮ ਪ੍ਰਮਾਤਮਾ ਦਾ ਨਾਮ ਜੀ ਦੀ ਚਰਚਾ ਹੈ ਉਸ ਨਾਮ ਨਾਲ ਜੁੜਨ ਦੇ ਲਈ ਜੋ ਨਾਮ ਦੀ ਵਿਚਾਰ ਧਾਰਾ ਵਾਲੇ ਲੋਕ ਨੇ ਜਿਨ੍ਹਾਂ ਨੂੰ ਸੰਤ ਕਿਹਾ ਹੈ ਜਿਨ੍ਹਾਂ ਨੂੰ ਸਤ ਸੰਗਤ ਦੇ ਰੂਪ ਵਿੱਚ ਸਤਗੁਰੂ ਜੀ ਨੇ ਚੇਤੇ ਕੀਤਾ ਉਹ ਜਿਹੜੇ ਨੇ ਜਿਨ੍ਹਾਂ ਦੀ ਵਿਚਾਰਧਾਰਾ ਪ੍ਰਮਾਤਮਾ ਵਾਲੀ ਜਿਹੜੇ ਪ੍ਰਮਾਤਮਾ ਨਾਲ ਜੁੜੇ ਨੇ ਉਹੀ ਸਾਨੂੰ ਰੱਬ ਦੀ ਗੱਲ ਸੁਣਾ ਸਕਣਗੇ ਨਾ ਉਹ ਦੁਨਿਆਵੀ ਬੰਦਾ ਕੀ ਸੁਣਾਏਗਾ ਜਾਂ ਕਹੋਗੇ ਜੇ ਤੁਸੀਂ ਡਾਕਟਰ ਬਣਨਾ ਹੈ ਤੇ ਡਾਕਟਰੀ ਲਾਈਨ ਦੇ ਲੋਕਾਂ ਨਾਲ ਹੀ ਤੁਸੀਂ ਆਪਣੇ ਰਿਲੇਸ਼ਨ ਬਣਾਓਗੇ ਨਾ ਤੁਸੀਂ ਇੰਜੀਨੀਅਰ ਬਣਨਾ ਹੈ ਤੇ ਉਸ ਲਾਈਨ ਦੇ ਲੋਕਾਂ ਕੋਲ ਹੀ ਉੱਠੋ ਬੈਠੋਗੇ ਜਾਂ ਅਜਿਹੇ ਇੰਸਟੀਚਿਊਟ ਦੇ ਨਾਲ ਹੀ ਤੁਸੀਂ ਆਪਣੀ ਸਾਂਝ ਬਣਾਓਗੇ ਕੁਸੀਂ ਰੱਬ ਦੇ ਪਿਆਰ 'ਚ ਜੁੜਨਾ ਹੈ ਤੇ ਰੱਬ ਦੀ ਵਿਚਾਰਧਾਰਾ ਵਾਲੇ ਲੋਕਾਂ ਦੇ ਕੋਲ ਬੈਠਾਂਗੇ ਜਿਨ੍ਹਾਂ ਨੂੰ ਸੰਤ ਕਿਹਾ 사ਗੋਜੀ ਨੇ ਰੱਬ ਦੀ ਵਿਚਾਰਧਾਰਾ ਜਿਹੜੇ ਪਰਮਾਤਮਾ ਦੇ ਪਿਆਰ 'ਚ ਜੁੜੇ ਹੋਏ ਨੇ 사ਗੋਜੀ ਕਹਿੰਦੇ ਕੋਈ ਆਏ ਰੱਬ ਦਾ ਸੰਤ ਕੋਈ ਆਏ ਪਿਆਰਾ ਸੰਤ ਕੋਈ ਆਏ ਵਾਹਿਗੁਰੂ ਜੀ ਦਾ ਭਗਤ ਮੋਹੇ ਮਾਰਗ ਦਿਖਲਾਵੇ ਮੈਨੂੰ ਮੇਰੀ ਜ਼ਿੰਦਗੀ ਦਾ ਮਾਰਗ ਦੱਸ ਦੇਵੇ ਰਸਤਾ ਦੱਸ ਦੇਵੇ ਕਿਉਂਕਿ ਮੈਨੂੰ ਰਸਤਾ ਨਹੀਂ ਹੁੰਦਾ ਅਸੀਂ ਤੇ ਹਮ ਅੰਧੇ ਲੈ ਅੰਧ ਬਿਖੇ ਬਿਖਰਾਂ ਤੇ ਕਿਉਂ ਚੱਲ ਲਈ ਗੁਰ ਚੱਲ ਲਈ ਅਸੀਂ ਤੇ ਅੰਨੇ ਆ ਅੰਨੇ ਦਾ ਅਰਥ ਇਹ ਨਹੀਂ ਹੈ ਕਿ ਜਿਹਦੇ ਕੋਲ ਨੇਤਰ ਨਹੀਂ ਉਹ ਅੰਨੇ ਅੰਨੇ ਦਾ ਅਰਥ ਜਿਹਦੇ ਕੋਲ ਗਿਆਨ ਨਹੀਂ ਹੈ ਜਿਹਨੂੰ ਸੋਝੀ ਨਹੀਂ ਹੈ ਹੁਣ ਮਨੁੱਖਾ ਜ਼ਿੰਦਗੀ ਬੜੀ ਮਹਾਨ ਹੈ ਗੁਰਬਾਣੀ ਨੇ ਧਰਮ ਗ੍ਰੰਥਾ ਨੇ ਮਨੁੱਖਾ ਜ਼ਿੰਦਗੀ ਦੀ ਬਹੁਤ ਵਡਿਆਈ ਕੀਤੀ ਹੈ ਕਿ ਮਨੁੱਖ ਇਸ ਧਰਤੀ ਦਾ ਮਾਲਕ ਹੈ ਮਨੁੱਖ ਇਸ ਧਰਤੀ ਦਾ ਰਾਜਾ ਹੈ ਮਨੁੱਖ ਚਲਾਸੀ ਲੱਖ ਜੁਨਾ ਦਾ ਸਰਦਾਰ ਹੈ ਆਮ ਚਰਚਾ ਸੀ ਸੁਣਦੇ ਆ ਹੁਣ ਜੇ ਮਨੁੱਖ ਇਸ ਧਰਤੀ ਦਾ ਮਾਲਕ ਹੈ ਤੇ ਮਨੁੱਖ ਤੇ ਪਰੇਸ਼ਾਨ ਹੀ ਬੜੇ ਅੱਜ ਦੇ ਸਮੇਂ 'ਚ ਜਿੰਨਾ ਮਨੁੱਖ ਡਰਿਆ ਹੋਇਆ ਹੈ ਜਿੰਨਾ ਮਨੁੱਖ ਪਰੇਸ਼ਾਨ ਹੈ ਪਸ਼ੂ ਨਹੀਂ ਪਰੇਸ਼ਾਨ ਹੋਨੇ ਪੰਛੀ ਨਹੀਂ ਹੋਨੇ ਪਰੇਸ਼ਾਨ ਮਨੁੱਖ ਦੇ ਡਰੇ ਹੋਣ ਦਾ ਕਾਰਨ ਹੈ ਕਿ ਮਨੁੱਖ ਨੂੰ ਜੀਵਨ ਜਾਂਚ ਨਹੀਂ ਇਹਨੂੰ ਰਸਤੇ ਦਾ ਪਤਾ ਨਹੀਂ ਜ਼ਿੰਦਗੀ ਜਿਉਣੀ ਕਿਵੇਂ ਢੰਗ ਨਹੀਂ ਇਹਨੂੰ ਜਿਉਣਾ ਦਾ ਦੇਖੋ ਨਾ ਕਿਸੇ ਨੇ ਵਪਾਰ ਕਰਨਾ ਹੈ ਢੰਗ ਸਿੱਖਣਾ ਪੈਂਦਾ ਹੈ ਤੁਸੀਂ ਕਿਸੇ ਵੀ ਲਾਈਨ 'ਚ ਜਾਣਾ ਉਹਦਾ ਕੋਈ ਨਾ ਕੋਈ ਗਿਆਨ ਲੈਣਾ ਪੈਂਦਾ ਹੈ ਅਸੀਂ ਉਹਨਾਂ ਲੋਕਾਂ ਕੋਲੋਂ ਗਿਆਨ ਨਹੀਂ ਨੇ ਜਿਹੜੇ ਉਸ ਮਾਰਗ ਦੇ ਨਾਲ ਸੰਬੰਧਿਤ ਨੇ ਤੇ ਅਸੀਂ ਜ਼ਿੰਦਗੀ ਦੇ ਅੰਦਰ ਪਰਮਾਤਮਾ ਦੇ ਪਿਆਰ ਜੁੜਨਾ ਹੈ ਜਾਂ ਐਵੇਂ ਕਹਿ ਲਓ ਜ਼ਿੰਦਗੀ ਅੰਦਰ ਅਸੀਂ ਉੱਚੇ ਉੱਠਣਾ ਹੈ ਤੇ ਉਹਦੇ ਲਈ ਵੀ ਤੇ ਕਿਤੇ ਗਿਆਨ ਲੈਣਾ ਪਏਗਾ ਕੋਈ ਸਾਨੂੰ ਸੇਧ ਦੇਵੇਗਾ ਕੋਈ ਸਾਨੂੰ ਡਾਇਰੈਕਸ਼ਨ ਦੱਸੇਗਾ ਜ਼ਿੰਦਗੀ ਦੀ ਤਾਂ ਹੀ ਹੈ ਨਾ ਜ਼ਿੰਦਗੀ ਮਹਾਨ ਹੈ ਪਰ ਜ਼ਿੰਦਗੀ ਦੇ ਅੰਦਰ ਦੁੱਖਾਂ ਦਾ ਕਾਰਨ ਕਿ ਸਾਨੂੰ ਜੀਉਣ ਦੀ ਜਾਂਚ ਨਹੀਂ ਜ਼ਿੰਦਗੀ ਤੇ ਮਾਰਗ ਦਾ ਪਤਾ ਨਹੀਂ ਦੇਖੋ ਗਿਆਨ ਨਾ ਹੋਣ ਕਰਕੇ ਇੰਨੀ ਮਹਾਨ ਜ਼ਿੰਦਗੀ ਸਾਨੂੰ ਮਿਲੀ ਹੈ ਪਰ ਅਸੀਂ ਉਹ ਜ਼ਿੰਦਗੀ ਦੇ ਅਮੋਲ ਵਕਤਿਆਂ ਨੂੰ ਅਮੋਲ ਮੌਕਿਆਂ ਨੂੰ ਜਿਹੜੇ ਐਵੇਂ ਕਹਿ ਲੋ ਕਿ ਰਤਨਾ ਵਰਗੀ ਨੇ ਪੈਰਾਂ ਹੇਠ ਹੀ ਮਧੋਲੀ ਚਲੇ ਜਾਂਦੇ ਹਨ ਹਰ ਮਨੁੱਖ ਨੂੰ ਵਾਹਿਗੁਰੂ ਜੀ ਨੇ ਬੇਅੰਤ ਮਹਾਨ ਮੌਕੇ ਦਿੱਤੇ ਨੇ ਮਨੁੱਖਾ ਜ਼ਿੰਦਗੀ ਹੀ ਸਭ ਤੋਂ ਵੱਡਾ ਮੌਕਾ ਹੈ। ਪਰ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਸਾਡੀ ਹਾਲਤ ਇਹ ਹੈ ਕਿ ਮਾਰਗ ਮੋਤੀ ਬੀਤਰੇ ਅੰਧਾ ਨਿਕਸਿਓ ਵਾਹਿ ਜੋਤ ਬਿਨਾ ਜਗਦੀਸ਼ ਕੀ ਜਗਤ ਉਲੰਘੇ ਜਾਏ। ਜ਼ਿੰਦਗੀ ਦੇ ਮਾਰਗ ਤੇ ਬੜੇ ਮੋਤੀ ਖਿਲਰੇ ਹੋਏ ਨੇ। ਪਰ ਅੰਨਾ ਬੰਦਾ ਜਿਹੜਾ ਉਹ ਮੋਤੀਆਂ ਨੂੰ ਪਹਿਰਾਂ ਹੇਠ ਹੀ ਮਧੂਲੀ ਜਾਏਗਾ। ਅਸੀਂ ਅੰਨੇ ਆ ਸਾਨੂੰ ਜ਼ਿੰਦਗੀ ਦਾ ਪਤਾ ਨਹੀਂ ਹੈ। ਕਿ ਜੀਵਨ ਕਿੰਨਾ ਮਹਾਨ ਹੈ। ਇਸ ਕਰਕੇ ਜ਼ਿੰਦਗੀ ਦੇ ਉਹਨਾਂ ਮਹਾਨ ਮੌਕਿਆਂ ਨੂੰ ਅਸੀਂ ਪੈਰਾਂ ਹੇਠ ਦਬੱਲੀ ਚਲੇ ਜਾਂਦੇ ਆਂ ਲਤਾੜੀ ਚਲੇ ਜਾਂਦੇ ਆਂ ਸਤਗੁਰੂ ਸਾਹਿਬ ਜੀ ਕਹਿੰਦੇ ਕੋਈ ਜ਼ਿੰਦਗੀ ਦੇ ਅੰਦਰ ਰੱਬ ਦਾ ਪਿਆਰ ਆਏ ਜਿਹੜਾ ਸਤਗੁਰੂ ਜੀ ਨੇ ਕਿਹਾ ਸਤ ਸੰਗਤ ਕਰਿਆ ਕਰੋ ਸਤਪੁਰਖਾਂ ਦੀ ਸੰਗਤ ਵਿੱਚ ਬੈਠਿਆ ਕਰੋ ਹਨੂ ਕਿਤੇ ਸਤਗੁਰੂ ਜੀ ਨੇ ਨਹੀਂ ਕਿਹਾ ਕਿ ਤੀਰਥਾਂ ਤੇ ਜਾਇਆ ਕਰੋ ਕਿਤੇ ਸਤਗੁਰੂ ਜੀ ਨੇ ਨਹੀਂ ਕਿਹਾ ਤੀਰਥ ਯਾਤਰਾ ਕਰੋ ਕਿਤੇ ਨਹੀਂ ਕਿਹਾ ਵੇਖੋ ਗੁਰਸਥਾਨਾਂ ਤੇ ਜਾਣਾ ਉਹ ਤੋਂ ਗਿਆਨ ਲੈਣ ਲਈ ਜਾਣਾ ਜ਼ਰੂਰੀ ਹੈ ਪਰ ਜੇ ਤੁਸੀਂ ਕਹੋ ਕਿ 21 ਵਾਰ ਜਾਈਏ 31 ਵਾਰ ਜਾਈਏ ਕੋ ਬੜੇ ਮਹਾਨ ਬਣ ਜਾਗੇ ਗੁਰਮਤਿ ਦਾ ਮਾਰਗ ਨਹੀਂ ਹੈ ਗੁਰਬਾਣੀ ਇਹ ਕਹਿੰਦੀ ਕਿ ਜਾਓ ਉਹਨਾਂ ਸਥਾਨਾਂ ਤੇ ਪਰ ਉਥੋਂ ਗਿਆਨ ਲੈਣ ਲਈ ਜਾਓ ਉਥੋਂ ਕੁਝ ਪ੍ਰਾਪਤ ਕਰਨ ਲਈ ਜਾਓ ਤੇ ਸਾਨੂੰ ਸਾਡੇ ਸਤਗੁਰੂ ਜੀ ਨੇ ਕਿੰਨਾ ਸੋਹਣਾ ਮਾਰਗ ਦਿੱਤਾ ਜਦੋਂ ਲੋਕੀ ਤੀਰਥਾਂ ਤੇ ਜਾਂਦੇ ਨੇ ਲੋਕੀ ਦਾਨ ਪੁੰਨ ਕਰਕੇ ਸੋਚਦੇ ਕਿ ਮਹਾਨ ਬਣ ਜਾਵਾਂਗੇ ਸਾਨੂੰ ਸਾਡੇ ਸਤਗੁਰੂ ਜੀ ਨੇ ਇੱਕ ਗੱਲ ਕਹੀ ਮਾਗ ਮੱਜਨ ਸੰਗ ਸਾਧੂ ਆ ਤੁਹੇ ਮਾਗੀ ਦਾ ਇਸ਼ਨਾਨ ਕਰਨਾ ਹੈ ਤੇ ਸਾਧੂਆਂ ਦੀ ਸੰਗਤ ਵਿੱਚ ਆ ਮੱਜਨ ਸੰਗ ਸਾਧੂਆਂ ਸਾਧੂਆਂ ਦੀ ਸੰਗਤ ਚ ਬੈਠ ਇਹ ਤੇਰਾ ਇਸ਼ਨਾਨ ਹੈ ਤੇ ਫਿਰ ਉਸ ਇਸ਼ਨਾਨ ਹੋਵੇਗਾ ਕਿਵੇਂ ਧੂੜੀ ਕਰ ਇਸ ਇਸ਼ਨਾਨ ਉਹਨਾਂ ਦੀ ਚਰਨ ਧੂੜ ਚਰਨ ਧੂੜ ਦਾ ਅਰਥ ਪੈਰ ਨਹੀਂ ਹੈ ਇੱਥੇ ਧੂੜੀ ਦਾ ਅਰਥ ਹੈ ਕਿ ਉਹਨਾਂ ਦੇ ਜਿਹੜੇ ਬਚਨ ਨੇ ਨਾ ਬਚਨ ਉਹਨਾਂ ਦੇ ਜਿਹੜੇ ਗੁਣ ਨੇ ਉਹਨਾਂ ਦਾ ਜੋ ਆਚਾਰ ਹੈ ਉਹਨੂੰ ਆਪਣੀ ਸੁਰਤ ਚ ਸਾਪ ਆਪਣੀ ਸੁਰਤ ਦਾ ਇਸ਼ਨਾਨ ਕਰ ਉਹਨਾਂ ਦੇ ਬਚਨ ਨਰੇ ਆਪਣੀ ਸੁਰਤ ਤੋਂ ਅਗਿਆਨਤਾ ਨੂੰ ਘਟੇ ਇਹ ਸੀ ਮਾਰਗ ਇਹ ਹੈ ਤੀਰਥ ਸ੍ਰਾਂਨ ਸਾਡਾ ਭਾਵ ਕੇ ਜਿਹੜੇ ਰੱਬੀ ਪਿਆਰੇ ਨੇ ਉਹਨਾਂ ਦੇ ਕੋਲ ਬੈਠ ਉਹਨਾਂ ਕੋ ਗਿਆਨ ਪ੍ਰਾਪਤ ਕਰ ਗੁਰੂ ਰਾਮਦਾਸ ਜੀ ਕਹਿੰਦੇ ਕੋਈ ਰੱਬ ਦਾ ਪਿਆਰਾ ਆਏ ਔਰ ਉਹ ਰੱਬ ਦਾ ਪਿਆਰਾ ਜਿਹੜਾ ਮੈ ਮਾਰਗ ਦਿਖਲਾਵੇ ਮੈਨੂੰ ਮੇਰੀ ਜ਼ਿੰਦਗੀ ਦਾ ਮਾਰਗ ਦਰਸਾ ਦੇਵੇ ਗਿਆਨ ਦੇ ਦੇਵੇ ਸੋਝੀ ਦੇ ਦੇਵੇ ਇਸ ਜਨ ਕੇ ਹਉ ਮਲ ਮਲ ਧੋਵਾ ਪਾਉ ਕੋਈ ਅਜਿਹੇ ਰੱਬ ਦਾ ਪਿਆਰਾ ਏ ਜਿਹੜਾ ਮੈਨੂੰ ਰੱਬ ਦੇ ਪਿਆਰ ਚ ਜੋੜੇ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਸਤਗੁਰੂ ਜੀ ਕਹਿੰਦੇ ਮੈਂ ਤਾਂ ਉਹਦੇ ਪੈਰ ਤੋਂ ਆਂ ਮੈਂ ਉਹਦੇ ਤੋਂ ਕੁਰਬਾਨਾ ਜਾਣਾ ਕੋ ਰੱਬ ਦੀ ਗੱਲ ਤੇ ਸੁਣਾਏ ਮੈਨੂੰ ਕੋ ਰੱਬ ਦੇ ਪਿਆਰ ਚ ਤਾਂ ਜੋੜੇ ਸਤਗੁਰੂ ਜੀ ਕਹਿੰਦੇ ਤੈਨ ਸਾਹਿਬ ਕੀ ਬਾਤ ਜੇ ਆਖੇ ਕਉ ਨਾਨਕ ਆ ਕੀਜੇ ਸੀਸ ਵੱਡੇ ਕਰ ਬੈਸਣ ਦੀਜੈ ਮਣ ਸਿਰ ਸੇਵ ਕਰੀਜੈ ਗੁਰਬਾਣੀ ਵਿੱਚ ਬਹੁਤ ਸਾਰੇ ਸ਼ਬਦ ਨੇ ਜਿਹੜੇ ਬੜੇ ਰਹੱਸਮਈ ਨੇ ਜਿਹੜੇ ਬੜੇ ਭਾਪੂਰਤ ਨੇ ਬਿੰਬ ਵਰਤੇ ਨੇ ਸਤਿਗੁਰੂ ਜੀ ਨੇ ਹੁਣ ਸਤਿਗੁਰੂ ਜੀ ਕਿਨੇ ਕੋ ਰੱਬ ਦੀ ਗੱਲ ਸੁਣਾਏ ਤੇ ਮੈਂ ਆਪਣਾ ਸਿਰ ਵੱਡ ਕਿਉਂ ਨੂੰ ਦੇ ਦੇਵਾ ਹੁਣ ਸਿਰ ਵੱਡ ਕੇ ਕਿਦਾਂ ਦਿੱਤਾ ਜਾਏਗਾ ਸਿਰ ਵੱਡ ਕੇ ਦੇ ਦ ਤਾਂ ਮਿਲੇਗਾ ਕੀ ਫੇਰਾ ਸਾਨੂੰ ਸਿਰ ਵੱਡਣ ਦਾ ਅਰਥ ਕੀ ਹੈ ਸਿਰ ਵੱਡ ਕੇ ਦੇਣ ਦਾ ਅਰਥ ਹੈ ਕਿ ਆਪਣਾ ਹੰਕਾਰ ਉਹਦੇ ਕੀ ਰੱਖ ਦੇਵਾ ਮੇਰੇ ਸਿਰ 'ਚ ਹੀ ਹੰਕਾਰ ਹੈ ਨਾ ਮੈਂ ਆਪਣਾ ਹੰਕਾਰ ਉਹਦੇ ਪੈਰਾਂ 'ਚ ਰੱਖ ਦੇਵਾ ਇਹਨਾਂ ਨਿਮਰਤਾ ਚਾਜਾ ਅੱਖੀ ਕਾਢ ਤਰੀ ਚਰਨਾਂ ਤਲ ਮੈਂ ਆਪਣੀ ਅੱਖਾਂ ਕੱਢ ਕੇ ਉਹਦੇ ਪੈਰਾਂ 'ਤੇ ਰੱਖ ਦੇਵਾਂ ਅਤ ਨਿਰਮਾਨਤਾ ਨਾਲ ਉਹਦੇ ਕੋਲ ਬੈਠਾਂ ਅਤ ਸ਼ਰਧਾ ਨਾਲ ਉਹਦੇ ਕੋਲ ਬੈਠਾਂ ਇਸੇ ਤਰੀਕੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਮਲਮਲ ਧੋਵਾਂ ਪਾਉ ਦਾ ਅਰਥ ਇਹ ਹੈ ਕਿ ਮੈਂ ਅਤ ਨਿਮਰਤਾ ਦੇ ਨਾਲ ਉਹਦੇ ਬਚਨਾਂ ਨੂੰ ਸੁਣ ਕੇ ਆਪਣੀ ਸੁਰਤ 'ਚ ਵਸਾਵਾਂ ਉਹਦੇ ਬਚਨ ਮੇਰੀ ਸੁਰਤ 'ਚ ਵਸ ਜਾਣ ਧੂੜੀ ਕਰ ਇਸ਼ਾਨ ਅਰਥ ਇਹ ਨਹੀਂ ਕਿ ਬਾਹਰੋਂ ਜੋੜੇ ਘਰੋਂ ਮਿੱਟੀ ਲਿਆਓ ਤੇ ਸਰੀਰ ਤੇ ਮਲ ਲਓ ਇਹ ਕੁਸ਼ ਇਸ਼ਨਾਨ ਕਰਦੇ ਆਪਾਂ ਉਹਦਾ ਇਸ਼ਨਾਨ ਕਿ ਨਿਮਰਤਾ ਦੇ ਨਾਲ ਉਹਦੇ ਬਚਨ ਨੂੰ ਆਪਣੀ ਸੁਰਤ ਚ ਰਸਾਉਣਾ ਇਹ ਇਸ਼ਨਾਨ ਤਾਂ ਸੁਰਤ ਦਾ ਕਰਨਾ ਹੈ ਦੂਜਾ ਇਸ਼ਨਾਨ ਤੇ ਸੀ ਕਰਦੇ ਰਹੇ ਨੇ ਸੁਰਤ ਦਾ ਇਸ਼ਨਾਨ ਕਰਨਾ ਹੈ ਮਤ ਦਾ ਇਸ਼ਨਾਨ ਕਰਨਾ ਜਿਹੜੇ ਭਰੀਏ ਮਤ ਪਾਪਾਂ ਕੇ ਸੰ ਜਿਹੜੀ ਸਾਡੀ ਸੁਰਤ ਚ ਝੂਠ ਵਸਿਆ ਹੰਕਾਰ ਵਸਿਆ ਵਿਕਾਰ ਵਸੇ ਨੇ ਔਗਣ ਵਸੇ ਨੇ ਉਹਦਾ ਇਸ਼ਨਾਨ ਕਰਕੇ ਉਹਨੂੰ ਪਵਿੱਤਰ ਕਰਨਾ ਤੇ ਉਹਨੂੰ ਪਵਿੱਤਰ ਕਰਨ ਦਾ ਤਰੀਕਾ ਇਹ ਹੈ ਕਿ ਹੋਂ ਮਲਮਲ ਧੋਮਾ ਪਾਉ ਅਤ ਨਿਮਰਤਾ ਦੇ ਨਾਲ ਉਹਨਾਂ ਦੀ ਸੰਗਤ ਚ ਬੈਠ ਕੇ ਮੈਂ ਉਹਨਾਂ ਦੇ ਬਚਨਾਂ ਨੂੰ ਆਪਣੇ ਹਿਰਦੇ ਚ ਵਸਾਵਾਂ ਉਹਨਾਂ ਦੀ ਸੇਵਾ ਕਰਾਂ ਹਰ ਜਨ ਕੋ ਹਰ ਮਿਲਿਆ ਹਰ ਸਰਦਾ ਤੇ ਮਿਲਿਆ ਗੁਰਮੁਖ ਹਰ ਮਿਲਿਆ ਤੁਨ ਗੁਰੂ ਰਾਮਦਾਸ ਜੀ ਮਹਾਰਾਜ ਪਾਤਸ਼ਾਹ ਕਹਿੰਦੇ ਕਿ ਪਰਮਾਤਮਾ ਹਰੀ ਜਨਾਂ ਨੂੰ ਹੀ ਮਿਲਿਆ ਹੋਇਆ ਹੈ ਪਰਮਾਤਮਾ ਜੇ ਹਰੀ ਜਨਾਂ ਨੂੰ ਮਿਲਿਆ ਹੈ ਤੇ ਉਹਨਾਂ ਦੇ ਮਨ ਦੀ ਭਾਵਨਾ ਹੈ ਸ਼ਰਧਾ ਹੈ ਤਾਂ ਮਿਲਿਆ ਹੋਇਆ ਹੈ ਉਹਨਾਂ ਦੇ ਮਨ ਚ ਸ਼ਰਧਾ ਸਰਦਾ ਬਹੁਤ ਜ਼ਰੂਰੀ ਹੈ ਸਰਦਾ ਤੋਂ ਬਿਨਾ ਅਸੀਂ ਜ਼ਿੰਦਗੀ ਚ ਉੱਚੇ ਉੱਠੇ ਨਹੀਂ ਸਕਦੇ ਭਾਵੇਂ ਕਿਸੇ ਵੀ ਥਾਂ ਤੇ ਤੁਸੀਂ ਜਾਓ ਨਾ ਜੇ ਤੁਸੀਂ ਦੁਨਿਆਵੀਂ ਚੀਜ਼ ਵੀ ਕੋਈ ਕਿਤੇ ਉਹ ਸਿੱਖਣੀ ਹੈ ਨਾ ਦੇਖੋ ਬੱਚੇ ਨੇ ਸਕੂਲ ਵਿੱਚੋਂ ਕੁਝ ਗਿਆਨ ਲੈਣਾ ਹੈ ਤੇ ਬੱਚੇ ਦੇ ਮਨ ਚ ਟੀਚਰ ਦੇ ਪ੍ਰਤੀ ਕੋ ਅਦਭੋਗਤਾ ਹੈ ਨਾ ਹੰਕਾਰ ਨਾਲ ਤਾਂ ਨਹੀਂ ਕੋ ਬੱਚਾ ਲੈ ਸਕਦਾ ਤੁਸੀਂ ਦੁਨੀਆਂ ਦੀ ਕੋਈ ਚੀਜ਼ ਵੀ ਕਿਤੇ ਵੀ ਸਿੱਖਣੀ ਹੈ ਕਿ ਜਿੱਥੋਂ ਸਿੱਖਣੀ ਉੱਥੇ ਤੁਹਾਨੂੰ ਕੋ ਪਿਆਰ ਕੁਪਾ ਮਨਾ ਰੱਖਣੀ ਪਏਗੀ ਤਾਂ ਸਿੱਖੋਗੇ ਨਾ ਹੰਕਾਰ ਨਾਲ ਤੇ ਕੁਝ ਨਹੀਂ ਮਿਲਦਾ ਇਸ ਤਰ੍ਹਾਂ ਜੇ ਗੁਰੂ ਦੇ ਦਰ ਤੇ ਆਏ ਤੇ ਇੱਥੇ ਸ਼ਰਧਾ ਦੀ ਭਾਵਨਾ ਦੀ ਪਿਆਰ ਦੀ ਲੋੜ ਹੈ ਸ਼ਰਧਾ ਬਹੁਤ ਜ਼ਰੂਰੀ ਹੈ ਜਦੋਂ ਗੁਰੂ ਪ੍ਰਤੀ ਸ਼ਰਧਾ ਰੱਖਾਂਗੇ ਫਿਰ ਗੁਰੂ ਪਾਸੋਂ ਗਿਆਨ ਲੈਣਾ ਆਪਾਂ ਗਿਆਨ ਦੇ ਨਾਲ ਸਾਨੂੰ ਰਸਤਾ ਮਿਲੇਗਾ ਸ਼ਰਧਾ ਨਾਲ ਗੁਰੂ ਦੇ ਪਿਆਰ ਜੁੜਾਂਗੇ ਤੇ ਗੁਰੂ ਪਾਸੋਂ ਗਿਆਨ ਲੈ ਕੇ ਸਾਨੂੰ ਜ਼ਿੰਦਗੀ ਦਾ ਰਸਤਾ ਲੱਭੇਗਾ ਸ਼ਰਧਾ ਨੇ ਸਾਨੂੰ ਗੁਰੂ ਕੋਲ ਲਿਆਉਣੇ ਸ਼ਰਧਾ ਨੇ ਗੁਰੂ ਕੋਲ ਲਿਆਉਣੇ ਸ਼ਰਧਾ ਨਾਲ ਗੁਰੂ ਕੀ ਬਚਨ ਸੁਣਾਗੇ ਸ਼ਰਧਾ ਨਾਲ ਗੁਰੂ ਕੀ ਬਾਣੀ ਪੜਾਂਗੇ ਸ਼ਰਧਾ ਨਾਲ ਗੁਰੂ ਕੀ ਸੇਵਾ ਕਰਾਂਗੇ ਉਤੋਂ ਫਿਰ ਸਾਨੂੰ ਗਿਆਨ ਮਿਲੇਗਾ ਸ਼ਰਧਾ ਪੈਰਾਂ ਵਾਂਗੂ ਹੈ ਗਿਆਨ ਨੇਤਰਾਂ ਵਾਂਗੂ ਅੱਖਾਂ ਵਾਂਗੂ ਹੈ ਪੈਰ ਤੁਰਦੇ ਨੇ ਪਰ ਅੱਖਾਂ ਦੇਖਦੀਆਂ ਨੇ ਕੱਲੇ ਪੈਰ ਹੁਣ ਅੱਖਾਂ ਨਾ ਹੋਣ ਤੇ ਤਾਂ ਵੀ ਅਸੀਂ ਮੰਜ਼ਿਲ ਤੇ ਨਹੀਂ ਪਹੁੰਚ ਸਕਦੇ ਅਸੀਂ ਕੁਰਾਹੇ ਪੈ ਜਾਵਾਂਗੇ ਕੱਲੀ ਸ਼ਰਧਾ ਹੋਣੀ ਹੀ ਸਭ ਕੁਝ ਨਹੀਂ ਸ਼ਰਧਾ ਜ਼ਰੂਰੀ ਹੈ ਪਰ ਸ਼ਰਧਾ ਨਾਲ ਗਿਆਨ ਹੋਣਾ ਬੜਾ ਜ਼ਰੂਰੀ ਹੈ ਇਸ ਕਰਕੇ ਸਾਰਗੁਰੂ ਸਾਹਿਬ ਜੀ ਕਹਿੰਦੇ ਜੇ ਰੱਬ ਦੇ ਪਿਆਰ ਕੋ ਜੁੜੇ ਨਹੀਂ ਤੇ ਸ਼ਰਧਾ ਕਰਕੇ ਮਿਲੇ ਨੇ ਸ਼ਰਧਾ ਤੋਂ ਬਿਨਾ ਪਿਆਰ ਤੋਂ ਬਿਨਾ ਉਸ ਵਾਹਿਗੁਰੂ ਜੀ ਦੇ ਪਿਆਰ 'ਚ ਅਸੀਂ ਨਹੀਂ ਜੁੜ ਸਕਦੇ ਰੱਬ ਦੇ ਪਿਆਰੇ ਜੁੜੇ ਨੇ ਸ਼ਰਧਾ ਕਰਕੇ ਹਰ ਸ਼ਰਧਾ ਤੇ ਮਿਲਿਆ ਗੁਰਮੁਖ ਹਰ ਮਿਲਿਆ ਪਰਮਾਤਮਾ ਸ਼ਰਧਾ ਨਾਲ ਮਿਲਦਾ ਹੈ ਤੇ ਅਗਲੀ ਗੱਲ ਗੁਰਮੁਖ ਦਾ ਅਰਥ ਹੈ ਕਿ ਗੁਰੂ ਦੀ ਮਾਤਰਾ ਹੀ ਮਿਲਦਾ ਖੱਖੇ ਨੂੰ ਸਿਆਰੀ ਹੈ ਇਥੇ ਜਦੋਂ ਗੁਰਬਾਣੀ ਪੜ੍ਹੀਏ ਲਗਾ ਮਾਤਰਾ ਨੇ ਇਹਨਾਂ ਦਾ ਬੜਾ ਵੱਡਾ ਭਾਵ ਹੈ ਖਖੇ ਨੂੰ 시ਆਰੀ ਹੈ ਭਾਵ ਕੇ ਗੁਰੂ ਦੀ ਮਤ ਦੇ ਰਹੀਂ ਗੁਰੂ ਕੇ ਗਿਆਨ ਦੇ ਰਹੀਂ ਰੱਬ ਦੇ ਪਿਆਰਿਆਂ ਨੂੰ ਮਿਲਿਆ ਰੱਬ ਦੇ ਸੰਤਾਂ ਨੂੰ ਰੱਬ ਮਿਲਿਆ ਉਹਨਾਂ ਨੂੰ ਸ਼ਰਧਾ ਕਰਕੇ ਮਿਲਿਆ ਉਹਨਾਂ ਨੂੰ ਗੁਰੂ ਕੀ ਗਿਆਨ ਕਰਕੇ ਮਿਲਿਆ ਗੁਰੂ ਦੀ ਬਖਸ਼ਿਸ਼ਦਕਾ ਮਿਲਿਆ ਮੇਰੇ ਮਾਨ ਤਨ ਆਨੰਦ ਭਏ ਮੈਂ ਦੇਖਿਆ ਹਰ ਰਾਉ ਇਸ ਪਵਿੱਤਰ ਮੁਖਵਾਕ ਵਿੱਚ ਜਿੱਥੇ ਵੀ ਪੰਗਤੀ ਢੁੱਕਦੀ ਹੈ ਨਾ ਉੱਥੇ ਜਿਵੇਂ ਗਾਓ ਲਬਜ ਆਇਆ ਹੈ ਚਾਓ ਲਬਜ ਆਇਆ ਹੈ ਰਾਓ ਲਬਜ ਆਇਆ ਹੈ ਨਾਓ ਲਬਜ ਆਇਆ ਇਹਨੂੰ ਦੋ ਦੋ ਮਾਤਰਾ ਨੇ ਔਕੜ ਵੀ ਹੈ ਤੇ ਊੜਾ ਖੁੱਲਾ ਵੀ ਜਿਹਨੂੰ ਆਪਾਂ ਕਹਿੰਦੇ ਊੜਾ ਹੋੜਾ ਊੜਾ ਖੁੱਲਾ ਵੀ ਹੈ ਦੋ ਦੋ ਮਾਤਰਾ ਨੇ ਵੈਸੇ ਜੋ ਲਬਜ ਹੈ ਉਹ ਔਕੜ ਨਾਲ ਪੂਰਾ ਬਣਦਾ ਰਾਓ ਚਾਓ ਲੇਕਿਨ ਇਹਨੂੰ ਬੋਲਣਾ ਹੋੜਾ ਲਾ ਕੇ ਉਹਦਾ ਕਾਰਨ ਸਤਗੁਰੂ ਜੀ ਨੇ ਇੱਥੇ ਮਾਤਰਾ ਦਾ ਤੋਲ ਤੁਕਾਂਤ ਦਾ ਪੂਰਾ ਸਤਗੁਰੂ ਜੀ ਨੇ ਧਿਆਨ ਰੱਖਿਆ ਕਪਤਾ ਦੇ ਅੰਦਰ ਇਸ ਕਰਕੇ ਸਤਗੁਰੂ ਜੀ ਨੇ ਊੜੇ ਨੂੰ ਖੁੱਲਾ ਰੱਖਿਆ ਕਿ ਰਾਉ ਬੋਲਣੇ ਹੋੜਾ ਬੁਰਨਾ ਔਂਕੜ ਨਹੀਂ ਇੱਥੇ ਬੋਲਣੀ ਸੋ ਸਤਗੁਰੂ ਜੀ ਇੱਥੇ ਵੀ ਕਹਿੰਦੇ ਮੇਰੇ ਮਨ ਤਨ ਆਨੰਦ ਵਹੇ ਮੈਂ ਦੇਖਿਆ ਹਰ ਰਾਉ ਰਾਉ ਮੇਨ ਰਾਜਾ ਉਹ ਪਰਮ ਪਿਤਾ ਪਰਮਾਤਮ ਜਿਹੜਾ ਸਾਰੇ ਜਗ ਦਾ ਰਾਜਾ ਹੈ ਪਹਿਲੇ ਮੈਂ ਜਦੋਂ ਉਹ ਸਤ ਸੰਗਤ ਚ ਆਇਆ ਗੁਰਮਖਾਂ ਕੋਲ ਆਇਆ ਰੱਬ ਦੇ ਪਿਆਰਿਆਂ ਕੋਲ ਆਇਆ ਗੁਰੂ ਕੀ ਮਤ ਗ੍ਰਹਿਣ ਕੀਤੀ ਮੈਨੂੰ ਉਸ ਪ੍ਰਮਾਤਮਾ ਦੇ دیدار ਹੋ ਗਏ ਸਤ ਸੰਗਤ ਵਿੱਚ ਆ ਕੇ ਗੁਰੂ ਕੋਲ ਆ ਕੇ ਪ੍ਰਮਾਤਮਾ ਦੇ دیدار ਹੋ ਗਏ ਗੁਰਬਾਣੀ ਕਹਿੰਦੀ ਜੇ ਪ੍ਰਮਾਤਮਾ ਨੂੰ ਮਿਲਣਾ ਹੈ ਫਿਰ ਵਿੱਚ ਸੰਗਤ ਹਰ ਪ੍ਰਭ ਵਸਹਿ ਜਿਓ ਸਤ ਸੰਗਤ ਵਿੱਚ ਪ੍ਰਮਾਤਮਾ ਵਸਦਾ ਹੈ ਜੇ ਪਰਮਾਤਮਾ ਨੂੰ ਮਿਲਣਾ ਹੈ ਗੁਰੂ ਕੇ ਬਚਨਾਂ ਨਾਲ ਜੁੜ ਜੋ ਗੁਰੂ ਕੀ ਬਾਣੀ ਸਾਨੂੰ ਪਰਮਾਤਮਾ ਦੇ ਪਿਆਰ ਜੋੜਦੀ ਹੈ ਗੁਰਬਾਣੀ ਪਰਮਾਤਮਾ ਦਾ ਹੀ ਰੂਪ ਹੈ ਵਾਹ ਵਾਹ ਬਾਣੀ ਨਿਰੰਕਾਰ ਹੈ ਬਾਣੀ ਨਿਰੰਕਾਰ ਦਾ ਰੂਪ ਹੈ ਹਰਗੋਬ ਸਿੰਘ ਕਹਿੰਦੇ ਜਦੋਂ ਮੈਂ ਸਤ ਸੰਗਤ ਵਿੱਚ ਆਇਆ ਜਦੋਂ ਮੈਂ ਗੁਰੂ ਕੋਲ ਆਇਆ ਰਵੀ ਪਿਆਰਿਆਂ ਕੋਲ ਆਇਆ ਤੇ ਫਿਰ ਕੀ ਹੋਇਆ ਮੇਰੇ ਮਨ ਤਨ ਆਨੰਦ ਭਏ ਮੈਂ ਦੇਖਿਆ ਹਰ ਰਾਉ ਇੱਥੇ ਆ ਕੇ ਮੈਨੂੰ ਪਰਮਾਤਮਾ ਦਾ ਗਿਆਨ ਮਿਲ ਗਿਆ ਮੈਂ ਪਰਮਾਤਮਾ ਦੇ دیدار ਕਰ ਲੇ ਹੁਣ ਪਰਮਾਤਮਾ ਕੋਈ ਇੱਥੇ ਹੀ ਨਹੀਂ ਹੈ ਕੱਲਾ ਇੱਥੇ ਆ ਕੇ ਮੈਨੂੰ ਉਹ ਅਵਸਥਾ ਮਿਲ ਗਈ ਮੈਂ ਜਿੱਧਰ ਜਾਣਾ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਸਾਰੇ ਥਾਂਾਂ ਤੇ ਪਰਮਾਤਮਾ ਹੈ ਹੁਣ ਮੇਰੇ ਮਨ ਵਿੱਚ ਮੇਰੇ ਤਨ ਵਿੱਚ ਬੜਾ ਚਾਹੋ ਪੈਦਾ ਹੋ ਗਿਆ ਆਨੰਦ ਪੈਦਾ ਹੋ ਗਿਆ ਇਹ ਚਾਹੋ ਕੋ ਵਕਤ ਹੀ ਨਹੀਂ ਹੈ ਕਿ ਸੰਗਤ ਚਾਏ ਚਾਹੋ ਹੈ ਤੇ ਕੰਮ ਤੇ ਗੇਤ ਖਤਮ ਹੋ ਗਿਆ ਨਹੀਂ ਇਹ ਤੇ ਸਾਰੇ ਥਾਵਾਂ ਤੇ ਪ੍ਰਮਾਤਮਾ ਤੇ ਚਾਹ ਵੀ ਸਾਰੇ ਥਾਵਾਂ ਤੇ ਬਣੀ ਆ ਰਹੀ ਨੇ ਕੰਮ ਕਰਦੇ ਆ ਵੀ ਉਹੀ ਚਾਹ ਹੈ ਬਾਣੀ ਪੜ੍ਹਦੇ ਆ ਵੀ ਉਹੀ ਚਾਹ ਹੈ ਘਰ ਚ ਬੈਠਿਆ ਵੀ ਉਹੀ ਚਾਹ ਹੈ ਸਤ ਸੰਗਤ ਵਿੱਚ ਆ ਕੇ ਵੀ ਉਹੀ ਚਾਹ ਹੈ ਹੁਣ ਸਤ ਸੰਗਤ ਵਿੱਚ ਆਏ ਤੇ ਸਤਗੁਰੂ ਜੀ ਕਿੰਨੇ ਮੇਰੇ ਮਨ ਤਾਂ ਚ ਚਾਹੋ ਪੈਦਾ ਹੋ ਗਿਆ ਮੇਰੇ ਮਨ ਵਿੱਚ ਆਨੰਦ ਪੈਦਾ ਹੋ ਗਿਆ ਕਦੋਂ ਪੈਦਾ ਹੋਇਆ ਸਤਗੁਰੂ ਜੀ ਨੇ ਅੰਮ੍ਰਿਤ ਬਾਣੀ ਚ ਜਿੱਥੇ ਬਚਨ ਕਹੇ ਨਾ ਕਿ ਮੈਨੂੰ ਪਰਮਾਤਮਾ ਦੇ ਪਿਆਰ ਜੋੜ ਦੋ ਗੁਰੂ ਸਾਹਿਬ ਜੀ ਨੇ ਬੜਾ ਸੋਹਣਾ ਸੰਬਾਦ ਰਚਿਆ ਜਿੱਥੇ ਕਹਿੰਦੇ ਏਕ ਪਿਤਾ ਏਕ ਸਕੇ ਹਮਬਾਰਖ ਤੂੰ ਮੇਰਾ ਗੁਰਹਾਈ ਕਿ ਤੁਸੀਂ ਮੇਰੇ ਗੁਰੂ ਹੋ ਐਸੀ ਕੋ ਪਰਮਾਤਮਾ ਦੇ ਬੱਚੇ ਆ ਸੁਣ ਮੀਤਾ ਹਉ ਬਲ ਬਲ ਜਸਰ ਦਰਸ਼ਨ ਦੇ ਉਹ ਦਿਖਾਈ ਮੈਨੂੰ ਰੱਬ ਦੇ ਦੀਦਾਰ ਕਰਾ ਦੇ ਕਿ ਜਦੋਂ ਗੁਰੂ ਨੇ ਜੁਗ ਦਸੀ ਨਾ ਕਿ ਮਾਣਨਾ ਕੀਜੈ ਸ਼ਰਨ ਪਰੀ ਜਕ ਕਰੇ ਸੁ ਭਲਾ ਮਨਾਈਏ ਸੁਣ ਮੀਤਾ ਜੀਓ ਪਿੰਡ ਸਭ ਤਨ ਆਰ ਪੀ ਜੇ ਇਉਂ ਦਰਸ਼ਨ ਹਰ ਜੀਓ ਪਾਈਏ ਇਸ ਤਰ੍ਹਾਂ ਉਸ ਹਰੀ ਦੇ ਦਰਸ਼ਨ ਹੋ ਸਕਦੇ ਨੇ ਫਿਰ ਕਹਿੰਦੇ ਜਦੋਂ ਮੈਂ ਗੁਰੂ ਦੇ ਦੱਸੇ ਮਾਰਗ ਤੇ ਚੱਲਿਆ ਭਿਓ ਅਨੁਗ੍ਰਹਿ ਪ੍ਰਸਾਦ ਸੰਤਨ ਕਹਿ ਹਰ ਨਾਮਾ ਹੈ ਮਿੱਠਾ ਜਨ ਨਾਨਕੋ ਗੁਰ ਕਿਰਪਾ ਧਾਰੀ ਸਭ ਅਕਲ ਨਿਰੰਜਨ ਡੀਠਾ ਸਭ ਸਾਰੇ ਥਾਵਾਂ ਤੇ ਅਕਲ ਉਹ ਪ੍ਰਮਾਤਮਾ ਜਿਹਦੀ ਕੋਈ ਕੋਲ ਨਹੀਂ ਹੈ ਕੋਲਤੋ ਰਹਿ ਨਿਰੰਜਨ ਜਿਹੜਾ ਮਾਇਆ ਦੇ ਅਸਰ ਤੋਂ ਰਹਿਤ ਮੈਨੂੰ ਸਾਰੇ ਥਾਮਾਂ ਤੇ ਉਹ ਪ੍ਰਮਾਤਮਾ ਹੀ ਪ੍ਰਮਾਤਮਾ ਨਜ਼ਰ ਆ ਗਿਆ ਜਦੋਂ ਸਤਸੰਗਤ ਦੀ ਮਹਿਰ ਹੋ ਗਈ ਜਦੋਂ ਸਤਸੰਗਤ ਚ ਆ ਕੇ ਗਿਆਨ ਮਿਲਿਆ ਰਸਤਾ ਮਿਲਿਆ ਪ੍ਰਮਾਤਮਾ ਦੇ ਪਿਆਰ ਜੁੜਿਆ ਮੈਨੂੰ ਨਾਮ ਮਿੱਠਾ ਲੱਗਣ ਲੱਗ ਪਿਆ ਨਾਮ ਮਿੱਠਾ ਲੱਗਣ ਲੱਗ ਪਿਆ ਸਤਸੰਗਤ ਵਿੱਚ ਆ ਕੇ ਨਾਮ ਨਾਲ ਪਿਆਰ ਬਣਦਾ ਹੈ ਪ੍ਰਮਾਤਮਾ ਨਾਲ ਪਿਆਰ ਬਣਦਾ ਕੋਈ ਰੱਬ ਦਾ ਨਾਮ ਇਕੱਲਿਆਂ ਜਪਦਾ ਵੀ ਸਤਕਾਰ ਯੋਗ ਹੈ ਕੋਈ ਜੰਗਲਾਂ 'ਚ ਬੈਠਾ ਹੈ ਜਾਂ ਰੱਬ ਦੇ ਨਾਮ ਕਰਕੇ ਬੈਠਾ ਹੈ ਚੰਗੀ ਗੱਲ ਹੈ ਫਿਰ ਆਪਾਂ ਕਿਸੇ ਨੂੰ ਮਾੜਾ ਕਹਿਣ ਦਾ ਸਾਨੂੰ ਅਧਿਕਾਰ ਕੋਈ ਨਹੀਂ ਹੈ ਪਰ ਜਿੱਥੋਂ ਤੱਕ ਰੱਬ ਦੇ ਪਿਆਰ ਦੀ ਗੱਲ ਹੈ ਗੁਰਬਾਣੀ ਕਹਿੰਦੀ ਹੈ ਕਿ ਰੱਬ ਦਾ ਪਿਆਰ ਤੁਹਾਨੂੰ ਮਿਲਣਾ ਸਤ ਸੰਗਤ ਵਿੱਚ ਆ ਕੇ ਹੈ ਰੱਬ ਦਾ ਪਿਆਰ ਰੱਬ ਦਾ ਗਿਆਨ ਸ੍ਰੀਮਨ ਭਗਤ ਰਵਿਦਾਸ ਸਾਹਿਬ ਜੀ ਦੇ ਬੜੇ ਪਿਆਰੇ ਬਚਨ ਕਿ ਸਾਧ ਸੰਗਤ ਬਿਨ ਭਾਉ ਨਹੀਂ ਉਪਜੈ ਭਾਵ ਬਿਨ ਭਗਤ ਨਾ ਹੋਏ ਤੇਰੀ ਰੱਬ ਦੀ ਬੰਦਗੀ ਪਿਆਰ ਤੋਂ ਬਿਨਾ ਨਹੀਂ ਹੁੰਦੀ ਉਹ ਪਿਆਰ ਸਤ ਸੰਗਤ ਤੋਂ ਬਿਨ ਪ੍ਰਾਪਤ ਨਹੀਂ ਹੁੰਦਾ ਮੈਂ ਇਕੱਲਿਆਂ ਜੋ ਕੰਮ ਕਰਾਂਗਾ ਨਾ ਮੇਰੇ ਮਨ 'ਚ ਹੰਕਾਰ ਆਏਗਾ ਕਿ ਮੈਂ ਇਕੱਲਿਆਂ ਕਰ ਲਿਆ ਕੋਈ ਵਧੀਆ ਕੰਮ ਵੀ ਭਾਵੇਂ ਮੈਂ ਕਰਾਂਗਾ ਹੰਕਾਰ ਆ ਜਾਏਗਾ ਔਰ ਧਰਮ ਦੀ ਦੁਨੀਆ 'ਚ ਬਹੁਤ ਲੋਕ ਨੇ ਜਿਹੜੇ ਬਹੁਤ ਚੰਗੇ ਕੰਮ ਕਰਦੇ ਨੇ ਪਰ ਚੰਗੇ ਕੰਮ ਕਰਦੇ ਉਹਨਾਂ ਦੇ ਮਨ 'ਚ ਇਹ ਖਿਆਲ ਆ ਗਿਆ ਕਿ ਮੈਂ ਕਰਦਾ ਬਹੁਤ nhiều ਲੋਕ ਬੜੀ ਕਹਲਣਾ ਕਰਦੇ ਨੇ ਬੜੀ ਮਿਹਨਤ ਕਰਦੇ ਨੇ ਬੜੀ ਸਾਧਨਾ ਕਰਦੇ ਨੇ ਪਰ ਅਹੰਕਾਰ ਤੋਂ ਬਚਣਾ ਬੜਾ ਔਖਾ ਹੈ ਤੇ ਸਤਗੁਰੂ ਜੀ ਕਹਿੰਦੇ ਨੇ ਕਿ ਜੇ ਤੁਸੀਂ ਪ੍ਰਮਾਤਮਾ ਦਾ ਪਿਆਰ ਲੈਣਾ ਪਿਆਰ ਤੋਂ ਬਿਨਾ ਪ੍ਰਮਾਤਮਾ ਮਿਲਣਾ ਨਹੀਂ ਹੈ ਤੇ ਉਹ ਪਿਆਰ ਪ੍ਰਾਪਤ ਕਰਨ ਦਾ ਕੋਈ ਇੱਕ ਤਰੀਕਾ ਸਾਧ ਸੰਗਤ ਬਿਨ ਪਾਉ ਨਾ ਉਪਜੇ ਸਾਧ ਸੰਗਤ ਤੋਂ ਬਿਨਾ ਤੁਹਾਡੇ ਮਨ ਚ ਪਿਆਰ ਵਾਲੀ ਅਵਸਥਾ ਪੈਦਾ ਨਹੀਂ ਹੋਣੀ ਤੇ ਸਤਗੁਰੂ ਜੀ ਕਹਿੰਦੇ ਜਦੋਂ ਸਤ ਸੰਗਤ ਵਿੱਚ ਆਏ ਯਾਰ ਪੈਦਾ ਹੋਇਆ ਨਾ ਮਿੱਠਾ ਲੱਗਿਆ ਹੁਣ ਤਾਂ ਮੈਂ ਜਿੱਧਰ ਦੇਖਦਾ ਉਧਰ ਹੀ ਪਰਮਾਤਮਾ ਬੈਠਾ ਹੋਇਆ ਹੁਣ ਪਰਮਾਤਮਾ ਨੂੰ ਲੱਭਣ ਲਈ ਕਿਤੇ ਹੋਰ ਜਾਣ ਦੀ ਲੋੜ ਨਹੀਂ ਹੈ ਘਰ 'ਚ ਵੀ ਪਰਮਾਤਮਾ ਹੈ ਦੁਕਾਨ 'ਤੇ ਵੀ ਪਰਮਾਤਮਾ ਹੀ ਹੈ ਕਾਰੋਬਾਰ 'ਤੇ ਵੀ ਪਰਮਾਤਮਾ ਹੈ ਹਰ ਥਾਂ 'ਤੇ ਪਰਮਾਤਮਾ ਹੈ ਸਤਗੁਰੂ ਜੀ ਕਿਹਨੇ ਹੁਣ ਤੇ ਵਾਹਿਗੁਰੂ ਜੀ ਦੀ ਬਖਸ਼ਿਸ਼ ਹੋ ਗਈ ਮੇਰੇ ਮਨ ਤਨ ਆਨੰਦ ਭਏ ਮੈਂ ਦੇਖਿਆ ਹਰ ਰਾਉ ਹਰੀ ਰਾਜਾ ਮੈਂ ਦੇਖ ਲਿਆ ਉਹਦੇ دیدار ਪਾ ਲੇ ਮੇਰੇ ਮਨ ਵਿੱਚ ਤਨ ਵਿੱਚ ਆਨੰਦ ਹੀ ਆਨੰਦ ਪੈਦਾ ਹੋ ਗਿਆ ਜਨ ਨਾਨਕ ਕੋ ਕਿਰਪਾ ਭਈ ਹਰ ਕੀ ਕਿਰਪਾ ਭਈ ਜਗਦੀਸ਼ਰ ਕਿਰਪਾ ਭਈ ਇਹ ਨਾਨਕ ਦੇ ਉੱਪਰ ਤਾਂ ਵਾਹਿਗੁਰੂ ਜੀ ਦੀ ਮਿਹਰ ਹੋ ਗਈ ਉਸ ਪ੍ਰਭੂ ਦੀ ਕਿਰਪਾ ਹੋ ਗਈ ਉਹ ਪ੍ਰਭੂ ਜਿਹੜਾ ਜਗਤ ਦਾ ਈਸ਼ਵਰ ਜਗਦੀਸ਼ਰ ਜਗ ਦਾ ਈਸ਼ਵਰ ਹੁਣ ਬੜੇ ਨੇ ਸਾਡੇ ਆਲੇ ਤੁਹਾਡੇ ਲੋਕ ਜਿੰਨਾ ਜਗਦੀਸ਼ ਨਾ ਰੱਖਿਆ ਕੋਈ జగਤ ਦੇ ਮਾਲਕ ਤੋਂ ਉਹਨੇ ਨਾ ਰੱਖਣ ਜੀ ਹਰ ਜਿਹੜਾ ਮਰਜ਼ੀ ਰੱਖ ਲਓ ਪਰ ਜਗਦੀਸ਼ ਅਧਰਥ ਹੈ ਜਗਤ ਦਾ ਮਾਲਕ ਉਹ ਜਿਹੜਾ ਜਗਤ ਦਾ ਮਾਲਕ ਪਰਮਾਤਮਾ ਹੈ ਜਗਤ ਦਾ ਈਸ਼ੁਰ ਪਰਮਾਤਮਾ ਹੈ ਮੇਰੇ ਤੇ ਉਹਦੀ ਕਿਰਪਾ ਹੋ ਗਈ ਉਹਦੀ ਦਿਆ ਦ੍ਰਿਸ਼ਟੀ ਹੋ ਗਈ ਤੇ ਸਾਬ ਜੀ ਕਿੰਨੇ ਮੈਂ ਆਨੰਦ ਨੂੰ ਸਾਧ ਸਦ ਸਦਾ ਹਰ ਜਪਿਆ ਹਰ ਨਾਉ ਉਦੀ ਕਿਰਪਾ ਸਰਕਾਰ ਮੈਂ ਦਿਨ ਰਾਤ ਉਹਦੇ ਨਾਮ ਨੂੰ ਜਪਦਾ ਹਾਂ ਮੈਂ ਦਿਨ ਰਾਤ ਉਹਦੇ ਪਿਆਰ ਜੁੜੇ ਆ ਸਦਾ ਉਹਦੇ ਪਿਆਰ ਜੁੜੇ ਆ ਸਤਗੁਰੂ ਜੀ ਕਹਿੰਦੇ ਨੇ ਕਿ ਮੇਰੇ ਮਨ ਚ ਮੈਂ ਹਰ ਦੇਖਣ ਕੋ ਚਾਹੋ ਭਾਈ ਮੇਰੇ ਮਨ ਚ ਉਸ ਪਰਮਾਤਮਾ ਨੂੰ ਦੇਖਣ ਲਈ ਚਾਹੋ ਹੈ ਜਿਹੜਾ ਪਰਮਾਤਮਾ ਹਰ ਥਾਂ ਤੇ ਵਸਦਾ ਹੈ ਹਰ ਘਟ ਘਟੇ ਬਸਦਾ ਹੈ ਹਰ ਜਲ ਥਲੇ ਬਸਦਾ ਹੈ ਹਰ ਥਾਂ ਥ ਨੰਤਰ ਬਸਦਾ ਮੈਂ ਹਰ ਦੇਖਣ ਕੋ ਚਾਹੋ ਉਸ ਪਰਮਾਤਮਾ ਨੂੰ ਦੇਖਣ ਦੇ ਲਈ ਮੇਰੇ ਮਨ 'ਚ ਚਾਹੋ ਹੈ ਕਿ ਕੋਈ ਰੱਬ ਦਾ ਪਿਆਰਾ ਆਵੇ ਕੋਈ ਆਵੇ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਮੋਈ ਮਾਰਗ ਦਿਖ ਲਾਵੇ ਕੋ ਰੱਬ ਦਾ ਸੰਤ ਕੋ ਰੱਬ ਦਾ ਪਿਆਰਾ ਆਏ ਤੇ ਮੈਨੂੰ ਉਸ ਪਰਮਾਤਮਾ ਦਾ ਮਾਰਗ ਦਰਸਾ ਦੇਵੇ ਰਸਤਾ ਦਰਸਾ ਦੇਵੇ ਕਿ ਪਰਮਾਤਮਾ ਦੀ ਪਿਆਰ 'ਚ ਕਿਵੇਂ ਜੁੜਨੇ ਸਤਗੁਰੂ ਜੀ ਕਹਿੰਦੇ ਜਦੋਂ ਰੱਬੀ ਪਿਆਰਿਆਂ ਕੋਲ ਆਏ ਉਹਨਾਂ 'ਕ ਗਿਆਨ ਦਿੱਤਾ कि ਰੱਬ ਮਿਲਨੇ ਪਿਆਰ ਦੇ ਨਾਲ ਜਤਨ ਦੇ ਨਾਲ ਨਹੀਂ ਪਿਆਰ ਦੇ ਨਾਲ ਗੁਰੂ ਕਲਗੀ ਤਰਪਾਤਸਾ ਜੀ ਦੇ ਬੜੇ ਅਮੋਲ ਬਚਨ ਅਸੀਂ ਹਰ ਰੋਜ਼ ਇੱਕੇ ਕਰਦੇ ਹਾਂ ਕਿ ਜਿੰਨੇ ਮਰਜੀ ਜਤਨ ਕਰ ਲਓ ਬਾੜੀ ਗੱਲ ਨਹੀਂ ਕਰੋ ਕਰਦੇ ਨੇ ਲੋਕ ਤੇ ਸਾਧਗੁਰੂ ਜੀ ਕਿੰਨੇ ਫੇਰ ਕੀ ਹੋ ਗਿਆ ਜੇ ਕਰਦੇ ਨੇ ਕਹਾਂ ਪਿਓ ਜੋ ਦੋ ਲੋਚਨ ਮੂਹਂਦ ਕੇ ਬੈਠ ਰਹੇ ਉਹ ਬਖ ਧਿਆਨ ਲਗਾਇਓ ਕੀ ਹੋ ਗਿਆ ਜੇ ਕੋ ਅੱਖਾਂ ਮੀਟ ਕੇ ਵੱਖਰਾ ਸਮਾਧੀ ਲਾ ਕੇ ਬੰਗਲੇ ਵਾਂਗੂ ਬੈਠ ਗਿਆ ਬੈਠਾ ਰਹੇ ਕੋਈ ਗੱਲ ਨਹੀਂ ਕਹਾਂ ਪੇ ਹੋ ਜੋ ਦੋ ਲੋਚਨ ਮੂਦ ਕੀ ਲੋਚਨ ਕਹਿੰਦੇ ਅੱਖਾਂ ਨੂੰ ਕੀ ਹੋ ਗਿਆ ਜੋ ਕੋਈ ਅੱਖਾਂ ਮੀਟ ਕੇ ਬੈਠ ਗਿਆ ਅੰਦਰ ਪਿਆਰ ਨਹੀਂ ਅੰਦਰ ਸ਼ਰਧਾ ਨਹੀਂ ਅੱਖਾਂ ਮੀਟ ਲੀਆਂ ਇਹ ਤੇ ਬਗਲੇ ਵਾਂਗੂ ਅੱਖਾਂ ਮੀਟਣ ਵਾਲੀ ਗੱਲ ਹੈ ਨਹਾਤ ਫਿਰਿਓ ਲੀਏ ਸੱਤ ਸਮੁੰਦਰਨ ਕੋਈ ਠਾਠਾ ਠੀਰਥਾਂ ਦੀ ਗੱਲ ਕਰਦਾ ਸਤਗੁਰੂ ਜੀ ਕਹਿੰਦੇ ਤੀਰ ਛੱਡੋ ਸੱਤਾਂ ਸਮੁੰਦਰਾਂ ਦਾ ਇਸ਼ਨਾਨ ਕਰ ਲਿਓ ਕੋਈ ਹੁਣ ਠਾਠਾ ਠੀਰਥਾਂ ਤੇ ਭਾਈ ਜਿੰਨੇ ਜਾਣੇ ਤੇ ਭਾਵੇਂ ਸੱਤਾਂ ਸਮੁੰਦਰਾਂ ਤੇ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ ਲੋਕ ગયો ਉਹਦਾ ਤੇ ਲੋਕ ਹੀ ਖਤਮ ਹੋ ਗਿਆ ਇਹ ਜ਼ਿੰਦਗੀ ਸੜਕਾਂ ਤੇ ਫਿਰਨ ਲਈ ਨਹੀਂ ਮਿਲੀ ਇਹ ਜ਼ਿੰਦਗੀ ਜੰਗਲਾਂ ਚ ਫਿਰਨ ਲਈ ਨਹੀਂ ਮਿਲੀ ਇਹ ਜ਼ਿੰਦਗੀ ਐਵੇਂ ਦਰਿਆਵਾਂ ਦੇ ਕੰਡੇ ਕੰਡਿਆਂ ਤੇ ਫਿਰਨ ਲਈ ਨਹੀਂ ਮਿਲੀ ਇਹ ਜ਼ਿੰਦਗੀ ਕੋਈ ਤੀਰਥਾਂ ਤੇ ਇਧਰ ਉਧਰ ਫਿਰਨ ਲਈ ਨਹੀਂ ਮਿਲੀ ਇਹ ਜ਼ਿੰਦਗੀ ਕੁਝ ਕਰਨ ਲਈ ਮਿਲੀ ਹੈ ਕੁਝ ਬਣਨ ਨਹੀਂ ਮਿਲੀ ਹੈ ਮਨੁੱਖ ਇਸ ਧਰਤੀ ਤੇ ਕੁਝ ਕਰਨ ਲਈ ਆਇਆ ਹੈ ਉਹ ਪੈਸੇ ਇਕੱਠੇ ਕਰਨ ਲਈ ਨਹੀਂ ਆਇਆ ਉਹ ਲੜਨ ਦੇ ਲਈ ਜਾਂ ਨਫ਼ਰਤ ਕਰਨ ਲਈ ਨਹੀਂ ਆਇਆ ਬੰਦਾ ਪਰਮਾਤਮਾ ਨੇ ਇਹਨੂੰ ਆਪਣਾ ਨੁਮਾਇੰਦਾ ਬਣਾ ਕੇ ਧਰਤੀ ਤੇ ਭੇਜਿਆ ਪਰਮਾਤਮਾ ਕਰਤਾ ਹੈ ਕ੍ਰिएਟਰ ਹੈ ਜਗਤ ਦਾ ਸਿਰਜਣਾ ਕਰਨ ਵਾਲਾ ਪਰਮਾਤਮਾ ਨੇ ਧਰਤੀ ਬਣਾਈ ਹੈ ਇਹ ਜਗਤ ਦੀ ਰਚਨਾ ਪਰਮਾਤਮਾ ਨੇ ਕੀਤੀ ਹੈ ਇਸ ਧਰਤੀ ਤੇ ਰਚਨਾ ਮਨੁੱਖ ਨੇ ਕਰਨੀ ਹੈ ਇਸ ਧਰਤੀ ਤੇ ਉਸਾਰੀ ਮਨੁੱਖ ਨੇ ਕਰਨੀ ਮਨੁੱਖ ਉਸਾਰੀ ਕਰਨ ਲਈ ਆਇਆ ਸੀ ਉਸਾਰੀ ਤਰੱਕੀ ਤਰੱਕੀ ਦਾ ਅਰਥ ਕੱਲਾ ਕੋ ਸੜਕਾਂ ਬਣਾਉਣ ਤੋਂ ਨਹੀਂ ਹੈ ਉੱਚੀਆਂ ਬਿਲਡਿੰਗਾਂ ਬਣਾਉਣ ਤੋਂ ਨਹੀਂ ਹੈ ਤਰੱਕੀ ਦਰਸੀ ਮਨੁੱਖਤਾ ਦੀ ਤਰੱਕੀ ਮਨੁੱਖਤਾ ਦੀ ਤਰੱਕੀ ਹੈ ਮਨੁੱਖੀ ਕਿਰਦਾਰ ਦੀ ਤਰੱਕੀ ਅਸੀਂ بڑے ਦਾਅਵੇ ਕਰਦੇ ਸਾਡੇ ਲੀਡਰ ਬੜੀਆਂ ਗੱਪਾਂ ਮਾਰਦੇ ਹੁਣ ਜੀ ਨਹੀਂ ਉੰਡੀਆਂ ਬਣ ਗਿਆ ਅਸੀਂ 21ਵੀਂ ਸਦੀ ਚ ਆ ਗਏ ਅਸੀਂ ਜੇ ਕਰ ਲਿਆ ਉਹ ਕਰ ਲਿਆ ਕੁਦਰਤ ਨੇ ਕੀ ਮਤਿਆਨ ਪਾਇਆ ਸਾਡੇ ਅੱਗੇ ਇਮਤਿਹਾਨ ਪਉਂਦੀ ਹੈ ਕੁਦਰਤ ਜਿਵੇਂ ਉਸਤਾਦ ਨਹੀਂ ਇਮਤਿਹਾਨ ਪਉਂਦਾ ਤੋ ਸਾਡੀ ਤਰੱਕੀ ਨਜ਼ਰ ਆ ਗਈ ਕਿ ਅਸੀਂ ਮਨੁੱਖਤਾ ਦੇ ਤੌਰ ਤੇ ਕਿੰਨੇ ਡਿੱਗ ਚੁੱਕੇ ਹਾਂ ਦੇਖ ਲਓ ਨਿਊਜ਼ ਤੁਸੀਂ ਦੇਖਦੇ ਹੋ ਰੋਜ਼ ਕੋਈ ਇੱਕ ਘਰ ਦਾ ਜੀ ਮਰ ਜੇ ਤੇ ਉਹਨੂੰ ਮੋਢਾ ਦੇਣ ਵਾਲਾ ਕੋਈ ਨਹੀਂ ਵਿਚਾਰਾ ਇਕੱਲਾ ਹੀ ਸੈਕਲ ਤੇ ਰੱਖ ਕੇ ਲੈ ਕੇ ਜਾ ਰਿਹਾ ਇਹ ਤਰੱਕੀ ਕਰ ਲਈ ਅਸੀਂ ਨਵਾਂ ਭਾਰਤ ਬਣ ਗਿਆ ਗਰੀਬ ਦੀ ਲੋਥ ਨੂੰ ਮੜੀਆਂ ਚ ਸੰਸਕਾਰ ਕਰਨ ਨਹੀਂ ਕੋਈ ਦਿੰਦਾ ਇਹ ਤਰੱਕੀ ਹੋ ਗਈ ਲੋਕਾਂ ਨੇ ਦਰਿਆਵਾਂ ਚ ਮੁਰਦਿਆਂ ਨੂੰ ਸੁੱਟਣਾ ਸ਼ੁਰੂ ਕਰ ਦਿੱਤਾ ਇਹ ਤਰੱਕੀ ਹੋ ਗਈ ਇਹ ਤਰੱਕੀ ਕਰਕੇ ਇੱਕ ਵੀ ਸਨੀਚ ਇਹ ਸਾਡਾ ਨਵਾਂ ਇੰਡੀਆ ਬਣ ਗਿਆ। ਅਸੀਂ ਤਾਂ ਡਿੱਗ ਚੁੱਕੇ ਹਾਂ। ਜਿੰਨਾ ਸਾਡੇ ਮੁਲਖ ਦੇ ਅੰਦਰ ਸਮਾਜਿਕ ਤੌਰ ਤੇ ਅਸੀਂ ਡਿੱਗੇ ਆਂ ਤੁਹਾਨੂੰ ਹੋਰ ਨਾ ਕੰਟਰੀਆਂ 'ਚ ਨਹੀਂ ਉਹ ਪੱਦਰ ਨਜ਼ਰ ਆਏਗਾ। ਅਸੀਂ ਬਹੁਤ ਪਛੜ ਚੁੱਕੇ ਆਂ। ਜਾਗਣ ਦੀ ਲੋੜ ਹੈ। ਸਮਾਜ ਨੂੰ ਬਚਾਉਣ ਦੀ ਲੋੜ ਹੈ। ਸਮਾਜ ਨੂੰ ਇਹਨਾਂ ਲੀਡਰਾਂ ਨੇ ਨਹੀਂ ਬਚਾਉਣਾ। ਇਹਨਾਂ ਲੀਡਰਾਂ ਦਾ ਤੇ ਇੱਕੋ ਇੱਕ ਕੰਮ ਹੈ ਰਤਬਾ ਲੈ ਲਿਆ, ਮੌਜਾ ਮਾਣੋ 5 ਸਾਲ। ਅੰਨਿਆ ਸੱਲਾਂ ਬਾਅਦ ਫੇਰ ਲੋਕਾਂ ਨੂੰ ਝੂਠ ਬੋਲਨਾਂਗੇ ਧਰਮ ਦੇ ਨਾਂ ਤੇ ਇਕੱਠੀਆਂ ਕਰ ਲਾਂਗੇ ਲੜਾ ਦੇਵਾਂਗੇ ਵੋਟਾਂ ਲੈ ਲਵਾਂਗੇ ਖਰੀਦ ਲਵਾਂਗੇ ਹੀਰਾ ਫੇਰੀ ਕਰ ਲਵਾਂਗੇ ਇਹੀ ਕੁਝ ਹੈ ਨਾ ਸਾਡੇ ਮੁਲਕ ਦੀ ਰਾਜਨੀਤੀ ਫੇਰ ਉਹੀ ਕੁਝ ਹੋਵੇਗਾ ਇਹ ਤਾਂ ਵਾਰੀ ਵਾਰੀ ਆਈ ਜਾਂਦੇ ਨੇ ਉਹੀ ਚੀਜ਼ ਹੈ ਕੋਈ ਬਦਲਦਾ ਨਹੀਂ ਹੈ ਇਹਨੂੰ ਤੁਸੀਂ ਬਦਲਨੇ ਜੇ ਤੁਸੀਂ ਨਹੀਂ ਬਦਲੋਗੇ ਕਿਸੇ ਨੇ ਨਹੀਂ ਬਦਲਣਾ ਤੁਹਾਡੀ ਡਿਊਟੀ ਹੈ ਮਨੁੱਖ ਦੀ ਡਿਊਟੀ ਸਮਾਜ ਨੂੰ ਬਦਲਨੇ ਧਰਮ ਦਾ ਅਰਥ ਹੈ ਸਮਾਜ ਚੋਂ ਬੁਰਾਈਆਂ ਨੂੰ ਦੂਰ ਕਰਨਾ ਧਰਮ ਅਰਥ ਹੈ ਸਮਾਜ ਚੋਂ ਬੁਰਾਈਆਂ ਨੂੰ ਦੂਰ ਕਰਨਾ ਧਰਮ ਅਰਥ ਮੱਥੇ ਟੇਕਣਾ ਨਹੀਂ ਹੈ ਧਰਮ ਅਰਥ ਕਲਾ ਕੋ ਪਾਠ ਕਰਨਾ ਨਹੀਂ ਹੈ ਧਰਮ ਦਾ ਅਰਥ ਹੈ ਸਮਾਜ ਚ ਬੁਰਾਈਆਂ ਫਸਰੀਆਂ ਬੁਰਾਈਆਂ ਦੇ ਵਿਰੋਧ ਸੰਘਰਸ਼ ਕਰਨਾ ਅਸੀਂ ਸਮਾਜਿਕ ਤੌਰ ਤੇ ਡਿੱਗ ਚੁੱਕੇ ਹਾਂ ਪਤਨ ਹੋ ਚੁੱਕਾ ਹੈ ਸਮਾਜ ਦਾ ਉਸ ਸਮਾਜ ਦਾ ਜੋ ਪਤਨ ਹੋ ਰਿਹਾ ਉਹਦੇ ਚੋਂ ਬਾਹਰ ਕੱਢਣਾ ਸਾਡੀ ਡਿਊਟੀ ਹੈ ਜੇ ਅਸੀਂ ਨਹੀਂ ਕੱਢਾਂਗੇ ਡਿੱਗਦੇ ਜਾਵਾਂਗੇ ਹੋਰ ਇਮਤਿਹਾਨਾਂ ਚੋਂ ਫੇਲ ਹੁੰਦੇ ਜਾਵਾਂਗੇ ਬਹੁਤ ਵੱਡਾ ਨੁਕਸਾਨ ਹੋ ਰਿਹਾ ਸਾਡਾ ਸਮਾਜਿਕ ਤੌਰ ਤੇ ਮਨੁੱਖਤਾ ਦੇ ਤੌਰ ਤੇ ਮਨੁੱਖਤਾ ਖਤਮ ਹੋ ਰਹੀ ਹੈ ਕੱਲੀ ਰਾਜਨੀਤਿਕ ਲੋਕਾਂ ਦੀ ਗੱਲ ਨਹੀਂ ਧਰਮ ਦੀ ਦੁਨੀਆ ਚ ਵੀ ਠੱਗ ਬੈਠੇ ਹੋਏ ਨੇ ਉਹ ਵੀ ਗਿਆਨ ਨਹੀਂ ਦਿੰਦੇ ਉਹ ਵੀ ਮਨੁੱਖੀ ਸਮਾਜ ਨੂੰ ਬਣਾਉਣ ਲਈ ਕੋਈ ਵਿਰਲਾ ਭਾਗਾਂ ਵਾਲਾ ਉਹਨੂੰ ਨਮਸਕਾਰ ਹੈ ਜਿਹੜਾ ਯਤਨ ਕਰ ਰਿਹਾ ਉਹ ਪੂਜਨੀਕ ਹੈ ਭਾਈ ਅਸੀਂ ਉਹਦਾ ਸਤਿਕਾਰ ਕਰਦੇ ਨਹੀਂ ਤੇ ਜ਼ਿਆਦਾਤਰ ਧਰਮ ਦੀ ਦੁਨੀਆ ਚ ਵੀ ਲੁੱਟਣ ਵਾਲੇ ਬੈਠੇ ਨੇ ਗੁੰਮਰਾਹ ਕਰਨ ਵਾਲੇ ਬੈਠੇ ਨੇ ਇਸ ਕਰਕੇ ਮਨੁੱਖ ਆਇਆ ਧਰਤੀ ਤੇ ਸਿਰਜਣਾ ਕਰਨ ਦੇ ਲਈ ਮਨੁੱਖ ਨੇ ਤੇ ਧਰਤੀ ਨੂੰ ਸਵਰਗ ਬਣਾਉਣਾ ਸੀ ਬੇਗੰਪੁਰਾ ਬਣਾਉਣਾ ਸੀ ਪਰ ਇਹ ਬੇਗੰਪੁਰਾ ਧਰਤੀ ਜਿੱਥੇ ਗਰੀਬ ਸੜਕਾਂ ਤੇ ਰੁਲਦੇ ਰਹਿਣ ਜਿੱਥੇ ਗਰੀਬਾਂ ਨੂੰ ਪੁੱਛੇ ਕੋਈ ਨਾ ਗਰੀਬਾਂ ਦੇ ਇਲਾਜ ਦਾ ਪ੍ਰਬੰਧ ਹੀ ਕੋਈ ਨਾ ਹੋਏ ਜਿੱਥੇ ਮਨੁੱਖ ਡਰ ਚੁੱਕਾ ਹੋਏ ਪਤਾ ਹੀ ਨਹੀਂ ਕਿਹੜੇ ਵੇਲੇ ਮੈਂ ਮਰ ਜਾਣਾ ਉਹਨੂੰ ਤੁਸੀਂ ਬੇਗੰਪੁਰਾ ਕਹੋਗੇ ਉਹਨੂੰ ਤੁਸੀਂ ਸਮਾਜ ਕਹੋਗੇ ਸਤਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹੋ ਜਿਹਾ ਜੇ ਸਮਾਜ ਜਾਂ ਜ਼ਿੰਦਗੀ ਬਣਾਉਣੀ ਹੈ ਪ੍ਰਮਾਤਮਾ ਦੇ ਪਿਆਰ ਜੁੜਨਾ ਹੈ ਤੇ ਆਓ ਸਤ ਸੰਗਤ ਵਿੱਚ ਗੁਰੂ ਕੀ ਬਾਣੀ ਨਾਲ ਜੁੜੋ ਰੱਬੀ ਪਿਆਰਿਆਂ ਦੀ ਸੰਗਤ ਵਿੱਚ ਬੈਠੋ ਤੇ ਸਤਗੁਰੂ ਸਾਹਿਬ ਜੀ ਕਹਿੰਦੇ ਜਦੋਂ ਆਵਾਂਗੇ ਨਾ ਫਿਰ ਸਾਡੇ ਅੰਦਰ ਪਿਆਰ ਪੈਦਾ ਹੋਏਗਾ ਸ਼ਰਧਾ ਪੈਦਾ ਹੋਏਗੀ ਗੁਰੂ ਦਾ ਗਿਆਨ ਪੈਦਾ ਹੋਏਗਾ ਫਿਰ ਕੀ ਹੋਏਗਾ ਜਿੱਧਰ ਦੇਖਾਂਗੇ ਸਾਰੇ ਥਾਵਾਂ ਤੇ ਪ੍ਰਮਾਤਮਾ ਨਜ਼ਰ ਆਏਗਾ ਜਿਨੂੰ ਸਾਰੇ ਥਾਵਾਂ ਤੇ ਪ੍ਰਮਾਤਮਾ ਨਜ਼ਰ ਆਉਂਦਾ ਹੈ ਅੱਜ ਵੀ ਉਹ ਰੱਬ ਦੇ ਪਿਆਰੇ ਪਰਮਾਤਮਾ ਦੇ ਜੀਵ ਸਮਝ ਕੇ ਇਹਨਾਂ ਜੀਵਨ ਦੀ ਸੇਵਾ ਚ ਲੱਗੇ ਨੇ ਜਦੋਂ ਦੁਨੀਆ ਦਰੀ ਹੋਈ ਐ ਉਹ ਸਿਰ ਤਲੀ ਤੇ ਰੱਖ ਕੇ ਲੋਕਾਂ ਦੀ ਸੇਵਾ ਚ ਲੱਗੇ ਹੋਏ ਨੇ ਸਮਾਜ ਦੀ ਸੇਵਾ ਚ ਲੱਗੇ ਹੋਏ ਨੇ ਗੁਰੂ ਨਾਨਕ ਨੇ ਮਾਰਗੀ ਸਾਨੂੰ ਦਿੱਤਾ ਹੈ ਮਨੁੱਖਤਾ ਦੀ ਸੇਵਾ ਤੇ ਗੁਰੂ ਦੇ ਪਿਆਰੇ ਲੱਗੇ ਹੋਏ ਨੇ ਇਹ ਗੱਲ ਵੱਖਰੀ ਐ ਕਿ ਸਾਡੇ ਮੁਲਖ ਦੇ ਅੰਦਰ ਸੱਚ ਨੂੰ ਨਫ਼ਰਤ ਬੜੀ ਕੀਤੀ ਜਾਂਦੀ ਐ ਸਾਡੇ ਮੁਲਖ ਦੇ ਅੰਦਰ ਸੱਚ ਨੂੰ ਪ੍ਰਵਾਨ ਨਹੀਂ ਕੀਤਾ ਜਾਂਦਾ ਇੱਥੇ ਝੂਠ ਦੀ ਪੂਜਾ ਹੁੰਦੀ ਐ ਝੂਠਿਆਂ ਦੇ ਗਲਾਂ 'ਚ ਹਾਰ ਪਾਈ ਜਾਂਦੀ ਨੇ ਇੱਥੇ ਝੂਠੇ ਰਾਜ ਕਰਦੇ ਨੇ ਪਰ ਇਹ ਗੱਲ ਚੇਤੇ ਰੱਖਿਓ ਕੂੜ ਨਿਖੂਟੇ ਨਾਨਕਾ ਔੜਕ ਸੱਚ ਰਹੀ ਝੂਠ ਬੋਲ ਕੇ ਤੁਸੀਂ ਰੁਤਬੇ ਲੈ ਲਓਗੇ ਝੂਠ ਬੋਲ ਕੇ ਤੁਸੀਂ ਲੋਕਾਂ ਨੂੰ ਗੁੰਮਰਾਹ ਕਰ ਲਓਗੇ ਝੂਠ ਬੋਲ ਕੇ ਤੁਸੀਂ ਬਹੁਤ ਅਡੰਬਰ ਕਰ ਸਕਦੇ ਹੋ ਪਰ ਜਦੋਂ ਇਹੋ ਜਿਹੀ ਇਮਤਿਹਾਨ ਪੈਂਦੇ ਨੇ ਜਿਹੜਾ ਪਿਆ ਹੁਣ ਸਾਡੇ ਅੱਗੇ ਬਹੁਤ ਵੱਡਾ ਇਮਤਿਹਾਨ ਹੈ ਉਦੋਂ ਤੇ ਸੱਚ ਹੀ ਕੰਮ ਆਉਣਾ ਹੈ ਤੇ ਸੱਚ ਦੇ ਮਾਰਗ ਤੇ ਚੱਲਣ ਵਾਲੇ ਕੰਮ ਆਉਣੇ ਉਹਦੇ ਝੂਠ ਬੋਲਣ ਵਾਲੇ ਨਹੀਂ ਆਉਣੇ ਆਇਆ ਕੋਈ ਨੇੜੇ ਜਿਹੜੇ ਲੱਖਾਂ ਦੀਆਂ ਭੀੜਾਂ ਇਕੱਠੀਆਂ ਕਰਕੇ ਕਹਿੰਦੇ ਸਨ ਅਸੀਂ ਜੇ ਕਰ ਦੇਣਾ ਕੌਣ ਨਜ਼ਰ ਆ ਰਿਹਾ ਸਮਾਜ ਲਈ ਹੁਣ ਆ ਰਿਹਾ ਨਜ਼ਰ ਦੱਸੋ ਕੋਈ ਇੱਕ ਬਾਹ ਖੜੀ ਕਰਕੇ ਜਿਹੜੇ ਕਹਿੰਦੇ ਅਸੀਂ ਨਵਾਂ ਇੰਡੀਆ ਬਣਾ ਦੇਣਾ ਕਿੱਧਰ ਗਏ ਨੇ ਉਹ ਇੰਡੀਆ ਨੂੰ ਨਵਾਂ ਬਣਾਉਣ ਵਾਲੇ ਹੁਣ ਦੁਨੀਆ ਤੇ ਹਸਪਤਾਲਾਂ ਦੇ ਵਿੱਚ ਜਾ ਕੇ ਦੇਖੋ ਸਿਵਲ ਹਸਪਤਲ ਲੁਧਿਆਣੇ ਦੇ ਜਾ ਕੇ ਦੇਖ ਲਓ ਬਾਹਰ ਪਈ ਸੜਕਾਂ ਤੇ ਦੁਨੀਆ ਅੰਦਰ ਥਾਂ ਹੀ ਨਹੀਂ ਹੈ ਆਕਸੀਜਨ ਲਈ ਤੜਫ ਰਹੀ ਹੈ ਦੁਨੀਆ ਅੱਜ ਹਵਾ ਲਈ ਤੜਫ ਰਹੇ ਆਪਾਂ ਹਵਾ ਲਈ ਤੜਫ ਰਹੇ ਆਪਾਂ ਜਦੋਂ ਹਵਾ ਨੂੰ ਬਚਾਉਣ ਦੀ ਗੱਲ ਕੀਤੀ ਜਾਂਦੀ ਦਰਖਤ ਲਾਓ ਬੂਟੇ ਲਾਓ ਕੋਈ ਪਰਵਾਹ ਨਹੀਂ ਕਰਦਾ ਅਸੀਂ ਬਿਲਡਿੰਗਾਂ ਹੀ ਬਣਾਉਣੀਆਂ ਸੜਕਾਂ ਬਣਾਉਣੀਆਂ ਆਏ ਸਾਲ ਦਰਖਤ ਵੱਡ ਵੱਡ ਕੇ ਚੌੜੀਆਂ ਸੜਕਾਂ ਕਰ ਦਿੱਤੀਆਂ ਜਾਂਦੀਆਂ ਦਰਖਤ ਲਾਉਂਦਾ ਹੀ ਕੋਈ ਨਹੀਂ ਹੈ ਵੱਢ ਕੇ ਲੀਡਰ ਖਾ ਜਾਂਦੇ ਨੇ ਦਰਖਤਾਂ ਨੂੰ ਹੁਣ ਉਹ ਹਵਾ ਖਰੀਦਣੀ ਪੈ ਰਹੀ ਹਵਾ ਲਈ ਅਸੀਂ ਤਰਸ ਰਹੇ ਹਾਂ ਹਵਾ ਤੋਂ ਬਿਨਾ ਮਰ ਹੀ ਨੇ ਲੋਕ ਆਪਣੇ ਮੁਰਖ ਦੇ ਅੰਦਰ ਉਹ ਸਿਲੰਡਰ ਕਿੰਨੀ ਹੈਰਾਨੀ ਦੀ ਗੱਲ ਕਿ ਐਡਾ ਵੱਡਾ ਇਮਤਿਹਾਨ ਮੈਨੂੰ ਖਤਾ ਤੇ ਆਇਆ ਮਨੁੱਖ ਮੌਤ ਦੇ ਮੂੰਹ ਚ ਹੈ ਪਰ ਮਾਇਆ ਦੇ ਵਪਾਰੀ ਹੁਣ ਵੀ ਮਾਇਆ ਹੀ ਕੁਮਾਰੇ ਨੇ ਬਲੈਕ ਹੋ ਰਹੀਆਂ ਨੇ ਚੀਜ਼ਾਂ ਦਵਾਈਆਂ ਬਲੈਕ ਵੇਚੀਆਂ ਜਾ ਰਹੀਆਂ ਨੇ ਨਕਲੀ ਵੇਚੀਆਂ ਜਾ ਰਹੀਆਂ ਨੇ ਆਕਸੀਜਨ ਦੇ ਨਾਂ ਤੇ ਬਲੈਕ ਕੀਤੀ ਜਾ ਰਹੀ ਹੈ ਦੁਨੀਆ ਤੜਫ ਰਹੀ ਦਿੱਲੀ ਜਾ ਕੇ ਦੇਖੋ ਹੋਰ ਥਾਵਾਂ ਤੇ ਦੇਖੋ ਉਹ ਜਿਹੜਾ 2000 ਦਾ ਸਿਲੰਡਰ 50 50000 ਨੂੰ ਲੋਕੀ ਖਰੀਦ ਰਹੇ ਨੇ ਐਂਬੂਲੈਂਸ ਵਾਲੇ 1.5 ਲੱਖ ਰੁਪਈਆ ਲੈ ਰਹੇ ਨੇ ਹੁਣ ਇਹ ਸਾਡੀ ਸਮਾਜ ਦੀ ਤਰੱਕੀ ਇਹ ਤਰੱਕੀ ਅਸੀਂ ਕਰ ਲਈ ਹੈ ਕਿ ਜੇ ਕਿਸੇ ਤੇ ਬਿਵਤਾਏ ਤੇ ਉਹਦੀ ਜੇਬ ਕੱਟ ਦਿਓ ਜੇ ਕਿਸੇ ਤੇ ਬਿਵਤਾਏ ਤੇ ਉਹਦੇ ਘਰ ਨੂੰ ਲੁੱਟਣਾ ਸ਼ੁਰੂ ਕਰ ਦਿਓ ਇਹ ਐ ਤਰੱਕੀ ਸਾਡੇ ਮੁਲਖ ਦੀ ਸਾਨੂੰ ਬਾਬੇ ਨਾਨਕ ਨੇ ਮਾਰਗ ਨਹੀਂ ਦਿੱਤਾ ਸਾਨੂੰ ਬਾਬੇ ਨਾਨਕ ਨੇ ਮਾਰਗ ਦਿੱਤਾ ਕਿ ਜੇ ਦੁਨੀਆ ਦੁਖੀਆ ਤੇ ਤੁਰ ਪਾਉ ਉਹਦੋਂ ਸੇਵਾ ਕਰਨ ਦੇ ਲਈ ਲਾਰੇ ਨੇ ਗੁਰੂ ਕੇ ਸਿੱਖ ਜਿਸ ਦਿੱਲੀ ਦੇ ਅੰਦਰ ਸਿੱਖਾਂ ਨੂੰ ਨਫ਼ਰਤ ਕੀਤੀ ਜਾਂਦੀ ਸੀ ਜਿਸ ਦਿੱਲੀ ਦੇ ਅੰਦਰ ਸਿੱਖਾਂ ਦੇ ਗਲਾਂ 'ਚ ਟੈਰ ਪਾ ਪਾ ਕੇ ਸਾੜਿਆ ਗਿਆ ਸਾਡੀਆਂ ਧੀਆਂ ਪੈਣਾ ਦੀ ਅਸਮਤ ਨੂੰ ਰੋਲਿਆ ਗਿਆ ਉਸ ਦਿੱਲੀ ਦੇ ਅੰਦਰ ਗੁਰੂ ਨਾਨਕ ਦੇ ਪਿਆਰੇ ਬੈਠੇ ਨੇ ਹੁਣ ਲੋਕਾਂ ਨੂੰ ਸਾਹ ਦੇਣ ਦੇ ਲਈ ਇਹ ਗੱਲ ਚੇਤੇ ਰੱਖਿਓ ਝੂਠ ਦੇ ਵਪਾਰੀ ਫੇਰ ਆਉਣਗੇ 2 ਸਾਲ ਬਾਅਦ ਆਉਣਗੇ 5 ਸਾਲ ਬਾਅਦ ਆਉਣਗੇ ਬੜੇ ਅਡੰਬਰ ਦਿਖਾਉਣਗੇ ਤੁਹਾਨੂੰ ਲੇਕਿਨ ਇਹ ਝੂਠ ਦੇ ਵਪਾਰੀ ਹੁਣ ਨਹੀਂ ਤੁਹਾਨੂੰ ਨਜ਼ਰ ਆਉਣੇ ਇਹ ਝੂਠ ਬੁਣਣ ਵਾਲੇ ਜਿਹੜੇ ਕਹਿੰਦੇ ਅਸੀਂ ਨਵਾਂ ਇੰਡੀਆ ਬਣਾਵਾਂਗੇ ਹੁਣ ਨਹੀਂ ਲੱਭਣੇ ਆਹ ਇੰਡੀਆ ਵੀ ਦੇਖ ਲਓ ਜਿਹੜਾ ਹੁਣ ਬਣਿਆ ਹੋਇਆ ਹੈ ਉਹਨੂੰ ਦੇਖਣ ਲਈ ਤੇ ਕੋ ਰੱਬ ਦੇ ਵਿਰਲੇ ਪਿਆਰੇ ਵਿਚ ਰਹੇ ਨੇ ਆਓ ਆਪਾਂ ਗੁਰੂ ਕੀ ਬਾਣੀ ਰਹੀਂ ਗੁਰੂ ਨਾਨਕ ਦੇ ਮਾਰਗ ਤੇ ਚੱਲ ਕੇ ਉਹ ਮਾਰਗ ਬਣਾਈਏ ਕਿ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗੇ ਬੈਸਣ ਪਾਈਏ ਕੋ ਨਾਨਕ ਬਾਹ ਲੁਡਾਈਏ ਝੂਠ ਬੋਲ ਕੇ ਜਿੰਨੇ ਮਰਜੀ ਵੱਡੇ ਰਤਬੇ ਲੈ ਲਵਾਂਗੇ ਜਿੰਨਾ ਮਰਜੀ ਧਨ ਕਮਾ ਲਵਾਂਗੇ ਜਦ ਬਿਵਤਾ ਹੋਣੀ ਹੈ ਉਦੋਂ ਕੰਮ ਤੇ ਸੱਚੀ ਹੋਣੇ ਇਸ ਕਰਕੇ 사ਤਗੁਰੂ ਜੀ ਨੇ ਸੱਚ ਦੇ ਮਾਰਗ ਤੇ ਚੱਲਣ ਲਈ ਸਾਨੂੰ ਕਿਹਾ ਕਿ ਆਓ ਰੱਬ ਦੇ ਪਿਆਰੇ ਕੋਲ ਬੈਠੀਏ ਗੁਰੂ ਦੇ ਮਾਰਗ ਤੇ ਚਲੀਏ ਜਦੋਂ ਅਸੀਂ ਗੁਰੂ ਕੋਲ ਆ ਕੇ ਪ੍ਰਮਾਤਮਾ ਦੇ ਪਿਆਰ ਜੁੜ ਗਏ ਜਿੱਧਰ ਦੇਖਾਂਗੇ ਪ੍ਰਮਾਤਮਾ ਹੀ ਨਜ਼ਰ ਆਏਗਾ ਉਸ ਵਾਹਿਗੁਰੂ ਜੀ ਦੀ ਦیدار ਹੋਣਗੇ ਜੇ ਪ੍ਰਮਾਤਮਾ ਹਰ ਵੇਲੇ ਸਾਡੇ ਨਾਲ ਹੈ ਤੇ ਫਿਰ ਸਾਨੂੰ ਕੌਣ ਮਾਰ ਸਕਦਾ ਹੈ ਸਾਨੂੰ ਕੌਣ ਡਰਾ ਸਕਦਾ ਹੈ ਸਤਗੁਰੂ ਜੀ ਮੇਰ ਕਰਨ ਇਹ ਬਚਨ ਸਾਡੇ ਹਿਰਦੇ ਚ ਵਸਣ ਜੀ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਪਲਚੁਕ ਦੀ ਖਿਮਾ ਸਤਗੁਰੂ ਸਾਰਿਆਂ ਨੂੰ ਆਪਣੇ ਦਰੋਂ ਘਰੂ ਨਾਮ ਬਾਣੀ ਦਾ ਪਿਆਰ ਬਖਸ਼ ਕਰਨ ਪਿਆਰ ਸਹਿਤ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ